ਹੈਲੋ ਅਤੇ ਜੀ ਆਇਆਂ ਨੂੰ ਤੁਹਾਡਾ ਸਭ ਦਾ ਹੈਲੋ ਗਲੋਬਲ ਪੰਜਾਬ ਸ਼ੋਅ 'ਚ ਸਵਾਗਤ ਹੈ। ਅੱਜ ਗੱਲ ਕਰਾਂਗੇ ਇੱਕ ਇਹੋ ਜਿਹੇ ਮਸਲੇ ਦੀ ਜਿਸ ਨਾਲ ਪੰਜਾਬ ਪ੍ਰਭਾਵਿਤ ਰਿਹਾ ਹੈ। 4 ਕੁ ਦਿਨ ਪਹਿਲਾਂ ਭਾਰਤ ਦੇ ਰੱਖਿਆ ਮੰਤਰੀ ਮਨੋਹਰ ਪਾਰਿਕਰ ਨੇ ਕਿਹਾ ਸੀ ਕਿ ਅੱਤਵਾਦ ਨਾਲ ਨਜਿੱਠਣ ਲਈ ਉਹ ਅੱਤਵਾਦੀਆਂ ਦੀ ਮਦਦ ਲੈਣਗੇ। ਇਸ ਗੱਲ ਦੀ ਕਾਫੀ ਆਲੋਚਨਾ ਹੋਈ ਹੈ, ਤੁਸੀਂ ਵੀ ਦੱਸੋ ਕਿ ਤੁਹਾਡਾ ਇਸ ਬਾਰੇ, ਇਸ ਮਸਲੇ ਬਾਰੇ ਕੀ ਖਿਆਲ ਹੈ। ਪਰ ਉਸ ਤੋਂ ਪਹਿਲਾਂ ਮੈਂ ਅੱਜ ਵੀ ਦੱਸ ਦੇਵਾਂ ਕਿ ਤੁਸੀਂ ਇਸ ਸ਼ੋਅ ਨੂੰ ਨੌਰਥ ਅਮਰੀਕਾ ਦੇ ਪੈਸੀਫਿਕ ਟਾਈਮ ਮੁਤਾਬਿਕ ਸ਼ਾਮੀ 5:30 ਅਤੇ ਈਸਟਰਨ ਟਾਈਮ ਮੁਤਾਬਿਕ ਸ਼ਾਮੀ 8:30 ਲਾਈਵ ਹਰ ਹਫ਼ਤੇ ਮੰਡੇ ਤੋਂ ਫਰਾਈਡੇ ਦੇਖ ਸਕਦੇ ਹੋ। ਰੋਜ਼ ਵਾਂਗੂ ਤੁਸੀਂ ਲਾਈਵ ਸ਼ੋਅ ਵੇਲੇ ਕਾਲ ਕਰ ਸਕਦੇ ਹੋ, ਆਪਣੇ ਵਿਚਾਰ ਜਿਹੜੇ ਆ ਬਾਕੀ ਸਾਰਿਆਂ ਦੇ ਨਾਲ ਸਾਂਝੇ ਕਰ ਸਕਦੇ ਹੋ। ਜਿਸ ਵੇਲੇ ਇਸ ਸ਼ੋਅ ਦੇ ਰਿਪੀਟ ਸ਼ੋਅ ਹੁੰਦੇ ਨੇ ਉਸ ਵੇਲੇ ਤੁਸੀਂ ਸਿਰਫ ਪੁਰਾਣੀ ਰਿਕਾਰਡਿੰਗ ਹੀ ਸੁਣ ਸਕਦੇ ਜੇ, ਸਵਾਲ ਜਵਾਬ ਨਹੀਂ ਸੁਣ ਸਕਦੇ। ਸਾਡੇ ਪੁਰਾਣੇ ਸ਼ੋਅ ਜਿਹੜੇ ਨੇ ਉਹ ਯੂਟਿਊਬ 'ਤੇ ਉਪਲਬਧ ਨੇ। 4 ਦਿਨ ਪਹਿਲਾਂ ਭਾਰਤ ਦੇ ਰੱਖਿਆ ਮੰਤਰੀ ਮਨੋਹਰ ਪਾਰਿਕਰ ਨੇ ਇੱਕ ਬਹੁਤ ਹੀ ਵਿਵਾਦਿਕ ਬਿਆਨ ਦਿੱਤਾ ਸੀ। ਉਹਨਾਂ ਕਿਹਾ ਕਿ ਉਹਨਾਂ ਦਾ ਵਿਚਾਰ ਹੈ ਕਿ ਅੱਤਵਾਦ ਨਾਲ, ਮਿਲੀਟੈਂਸੀ ਨਾਲ ਡੀਲ ਕਰਨ ਵਾਸਤੇ ਮਿਲੀਟੈਂਟਸ ਦੀ, ਯਾਨੀ ਅੱਤਵਾਦੀਆਂ ਦੀ, ਜਿਨ੍ਹਾਂ ਨੂੰ ਖਾੜਕੂ ਵੀ ਕਹਿੰਦੇ ਨੇ, ਖਾੜਕੂਆਂ ਦੀ ਮਦਦ ਲੈਣੀ ਚਾਹੀਦੀ ਹੈ ਅਤੇ ਲਈ ਜਾ ਸਕਦੀ ਹੈ। ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਇਸ ਬਿਆਨ ਨਾਲ ਸਹਿਮਤੀ ਪ੍ਰਗਟ ਕੀਤੀ ਹੈ। ਬਹੁਤ ਸਾਰੇ ਰੱਖਿਆ ਦੇ ਮਾਹਰਾਂ ਦਾ ਖਿਆਲ ਹੈ ਕਿ ਇਹੋ ਜਿਹੀ ਪਾਲਿਸੀ ਕਈ ਮੁਲਕਾਂ ਨੇ ਬਹੁਤ ਕਾਮਯਾਬੀ ਨਾਲ ਇਸਤੇਮਾਲ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਲੋਹੇ ਨੂੰ ਲੋਹਾ ਹੀ ਕੱਟ ਸਕਦਾ ਹੈ, ਲੇਕਿਨ ਇਸ ਬਿਆਨ ਦੀ ਬਹੁਤ ਹਲਕਿਆਂ 'ਚ ਨਿਖੇਧੀ ਅਤੇ ਆਲੋਚਨਾ ਵੀ ਹੋਈ ਹੈ। ਜਿਨ੍ਹਾਂ ਨੇ ਆਲੋਚਨਾ ਕੀਤੀ ਹੈ ਉਹਨਾਂ ਦੇ ਵਿੱਚ ਜੰਮੂ ਐਂਡ ਕਸ਼ਮੀਰ ਦੀਆਂ ਕਈ ਪਾਰਟੀਆਂ ਵਾਂ, ਜਿਹਦੇ 'ਚ PDP ਅਤੇ ਨੈਸ਼ਨਲ ਕਾਨਫਰੰਸ ਵੀ ਸ਼ਾਮਿਲ ਨੇ। ਬਹੁਤ ਸਾਰੀਆਂ ਹਿਊਮਨ ਰਾਈਟਸ ਔਰਗਨਾਈਜੇਸ਼ਨ ਨੇ ਵੀ ਕਿਹਾ ਹੈ ਕਿ ਇਹ ਪਾਲਿਸੀ ਘਾਤਕ ਸਿੱਧ ਹੋ ਸਕਦੀ ਹੈ, ਸਮਾਜ ਵਿੱਚ ਪਾੜਾ ਪੈ ਸਕਦਾ ਹੈ ਅਤੇ ਲੋਕਾਂ 'ਚ ਆਪ ਮਾਰੂ ਜੰਗ ਜਿਹੜੀ ਆ ਉਹ ਇੱਕ ਤਰੀਕੇ ਨਾਲ ਇੰਟਰਨਸੀਨ ਵਾਰਫੇਅਰ ਜਿਹਨੂੰ ਕਹਿੰਦੇ ਆ ਉਹ ਛਿੜ ਸਕਦੀ ਹੈ। ਤੁਹਾਨੂੰ ਯਾਦ ਹੋਊ ਕਿ ਪੰਜਾਬ 'ਚ ਇਸ ਨੂੰ ਪਹਿਲਾਂ ਵਰਤਿਆ ਗਿਆ ਹੈ। ਇੱਥੇ ਇੱਕ DGP ਹੁੰਦੇ ਸੀ, ਜੂਲੀਓ ਰੋਬੈਰੋ, ਉਹ ਮਹਾਰਾਸ਼ਟਰਾ ਕਾਦਰ ਦੇ ਅਫਸਰ ਸਨ, ਪੰਜਾਬ ਦੇ ਵਿੱਚ ਇੱਥੇ ਬਤੌਰ ਡੈਪੂਟੇਸ਼ਨ 'ਤੇ DGP ਆਏ ਸੀ। ਇਹ 80s ਦੀ ਗੱਲ ਹੈ, ਜਦੋਂ 1980s ਦੇ ਵਿੱਚ ਉਹ ਇੱਥੇ ਆਏ ਸੀ। ਉਹਨਾਂ ਨੇ ਬੁਲਟ ਫੋਰ ਬੁਲਟ, ਗੋਲੀ ਨੂੰ ਗੋਲੀ ਨਾਲ ਨਜਿੱਠਣ ਦੀ ਪਾਲਿਸੀ ਜਿਹੜੀ ਸੀ ਇਹ ਸ਼ੁਰੂ ਕੀਤੀ ਸੀ। ਉਸ ਤੋਂ ਬਾਅਦ ਫਿਰ ਆਏ KPS ਗਿੱਲ, ਅਸਾਮ ਕਾਡਰ ਦੇ ਅਫਸਰ ਸਨ, ਵੈਸੇ ਹੈ ਤਾਂ ਪੰਜਾਬੀ ਨੇ, ਸਿੱਖ ਨੇ, ਉਹ ਇੱਥੇ ਲਿਆਂਦੇ ਗਏ। ਪਹਿਲਾਂ IG ਆਏ ਸੀ ਉਹ, ਫਿਰ ਬਾਅਦ ਦੇ ਵਿੱਚ ਉਹ DGP ਬਣੇ। ਉਹਨਾਂ ਨੇ ਇੱਕ ਨਵਾਂ ਸਿਸਟਮ ਸ਼ੁਰੂ ਕੀਤਾ, ਕੈਟਸ ਦਾ ਇਸਤੇਮਾਲ, ਕੈਟਸ ਦੀ ਜਿਹੜੀ ਇਸਤੇਮਾਲ ਕਰਨਾ ਇਹ ਉਹਨਾਂ ਨੇ ਸ਼ੁਰੂ ਕੀਤਾ ਸੀ। ਕੈਟਸ ਜਿਹੜੇ ਆ ਉਹ ਪੁਰਾਣੇ ਮਿਲੀਟੈਂਟ ਸਨ, ਜਿਨ੍ਹਾਂ ਨੂੰ ਪੈਸੇ ਦੇ ਕੇ ਜਾਂ ਹੋਰ ਕੋਈ ਲਾਲਚ ਦੇ ਕੇ, ਜਾਂ ਉਹਨਾਂ ਨੂੰ ਕਿਹਾ ਗਿਆ ਵੀ ਤੁਹਾਨੂੰ ਅਸੀਂ ਮੁੱਢ ਤੁਹਾਨੂੰ ਵਸਾ ਦਿਆਂਗੇ, ਤੁਹਾਨੂੰ ਜੋ ਤੁਸੀਂ ਕੀਤਾ ਵਾ ਉਹ ਛੱਡ ਦਿਆਂਗੇ, ਉਹਦੇ ਵਾਸਤੇ ਉਹਦੀ ਮਾਫੀ ਤੁਹਾਨੂੰ ਦੇ ਦਿਆਂਗੇ। ਸੋ ਇਹਦੇ ਕਰਕੇ ਉਹਨਾਂ ਨੂੰ ਜਿੱਤ ਲਿਆ ਗਿਆ ਸੀਗਾ, ਅਤੇ ਉਹਨਾਂ ਨੂੰ ਬਾਕੀ ਮਿਲੀਟੈਂਟਸ ਨੂੰ ਪਹਿਲਾਂ ਤਾਂ ਪਛਾਣਨ ਵਾਸਤੇ ਅਤੇ ਫਿਰ ਉਹਨਾਂ ਨੂੰ ਢੇਰੀ ਕਰਨ ਵਾਸਤੇ ਵਰਤਿਆ ਗਿਆ। ਉਹਨਾਂ ਨੇ ਕੁਝ ਲੋਕਾਂ ਨੂੰ ਉਹਨਾਂ ਨੇ ਸਿਲੰਡਰ ਵੀ ਕਰਾਇਆ। ਕਈ ਕੈਟਸ ਨੇ ਬਾਅਦ 'ਚ ਹੁਲੀਆ ਵੀ ਬਦਲਿਆ ਅਤੇ ਉਹਨਾਂ ਨੂੰ ਹੁਦਲੀਆ ਬਦਲਾ ਕੇ ਦੂਜੇ ਥਾਵਾਂ 'ਤੇ ਵੀ ਵਸਾਇਆ ਗਿਆ। ਇਹੋ ਜਿਹੇ ਕਈ ਬੰਦੇ ਆਪਾਂ ਨੂੰ ਐਗਜ਼ੈਂਪਲਸ ਪਤਾ ਵਾ, ਕਈ ਜਿਹੜੇ ਆ ਉਹ ਬਾਅਦ 'ਚ ਪਤਾ ਵੀ ਲੱਗ ਗਿਆ, ਜਿਵੇਂ ਸੁਖੀ ਨਾਂ ਦਾ ਇੱਕ ਨੌਜਵਾਨ ਸੀ ਜਿਹੜਾ ਬਾਅਦ ਦੇ ਵਿੱਚ ਹਰਜੀਤ ਸਿੰਘ ਕਾਹਲੋਂ ਬਣ ਗਏ। ਉਹਨੂੰ ਕਾਹਲੋਂ ਬਣਾ ਕੇ, ਹਰਜੀਤ ਸਿੰਘ ਕਾਹਲੋਂ ਬਣਾ ਕੇ ਉਹਨੂੰ ਨਵਾਂ ਪਾਸਪੋਰਟ ਵੀ ਜਾਰੀ ਕੀਤਾ ਗਿਆ ਸੀ। ਗੁਰਮੀਤ ਸਿੰਘ ਪਿੰਕੀ ਜਿਹੜਾ ਇਸ ਵੇਲੇ ਖਬਰਾਂ ਦੇ ਵਿੱਚ ਹੈ, ਉਸ 'ਤੇ ਵੀ ਇਹੋ ਜਿਹੇ ਹੀ ਇਲਜ਼ਾਮ ਨੇ। ਵੈਸੇ ਉਹ ਤਾਂ ਕਹਿ ਰਿਹਾ ਵਾ ਕਿ ਉਹਨੇ ਇਹੋ ਜਿਹਾ ਕੋਈ ਕੰਮ ਨਹੀਂ ਕੀਤਾ। ਇਹੋ ਹੀ ਪਾਲਿਸੀ JNK ਦੇ ਵਿੱਚ ਵੀ ਵਰਤੀ ਗਈ ਸੀ। ਉੱਥੇ ਕੈਟਸ ਨੂੰ ਇਖਵਾਨੀ ਕਿਹਾ ਜਾਂਦਾ ਸੀਗਾ। ਇੱਕ ਸਮੇਂ ਦੇ ਵਿੱਚ ਕਰੀਬ 4,000 ਦੇ ਕਰੀਬ ਉਹਨਾਂ ਦੀ ਤਾਦਾਦ ਸੀ। ਮੈਂ ਜਦੋਂ ਮਿਲੀਟੈਂਸੀ ਨੂੰ ਕਵਰ ਕਰਦਾ ਰਿਹਾ ਸੀ, ਮੈਂ JNK ਦੇ ਵਿੱਚ ਕੁਝ ਇਖਵਾਨੀਆਂ ਨੂੰ ਮਿਲਿਆ ਵੀ ਸੀ। ਕੁੱਕਾ ਪਰ ਇੱਕ ਬਹੁਤ ਵੱਡੇ ਇਖਵਾਨੀ ਸਨ। ਮੋਇਸ ਇਲਾਕਿਆਂ ਦੇ ਵਿੱਚ ਇਹਨਾਂ ਨੂੰ ਸਲਵਾ ਜੂਦਮ ਨਾਂ ਨਾਲ ਜਾਣਿਆ ਜਾਂਦਾ। ਤੁਸੀਂ ਵੀ ਦੱਸੋ ਕਿ ਤੁਹਾਡਾ ਇਸ ਪਾਲਿਸੀ ਬਾਰੇ ਮਿਲੀਟੈਂਸੀ ਨੂੰ ਖਤਮ ਕਰਨ ਵਾਸਤੇ ਇਸਤੇਮਾਲ ਕਰਨਾ ਕਿੰਨਾ ਕੁ ਸਹੀ ਆ। ਕੁਝ ਸਾਡੇ ਨਾਲ ਸੱਜਣ ਆਲਰੇਡੀ ਜੁੜ ਗਏ ਆ, ਉਹਨਾਂ ਦੇ ਵਿਚਾਰ ਸੁਣਦੇ ਆ। ਹੈਲੋ ਹੈਲੋ ਜੀ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਮੈਂ ਸੁਰਿੰਦਰ ਸਿੰਘ ਬੋਲਦਾ, ਕੈਲੀਫੋਰਨੀਆ ਤੋਂ ਜੀ। ਹਾਂਜੀ ਹਾਂਜੀ ਸੁਰਿੰਦਰ ਸਿੰਘ ਜੀ, ਸਵਾਗਤ ਹੈ ਸ਼ੋਅ ਦੇ ਵਿੱਚ। ਤੁਸੀਂ ਪਹਿਲੇ ਕਾਲਰ ਜੀ, ਅੱਜ ਦੇ ਦੱਸੋ ਕੀ ਕਹਿਣਾ ਚਾਹੁੰਦੇ ਜੀ?
ਕਹਿਣਾ ਕੁਛ ਤਾਂ ਮੇਰੇ ਸਵਾਲਾਂ ਦਾ ਪਹਿਲਾਂ ਜਵਾਬ ਤੁਸੀਂ ਦੇ ਦਿੱਤਾ, ਪਰ ਪੰਜਾਬ ਸਰਕਾਰ ਤਾਂ ਬਹੁਤ ਚਿਰ ਤੋਂ ਇਹ ਤਜਰਬਾ ਕਰ ਰਹੀ ਆ। ਸੰਨ 78 ਤੋਂ ਲਾ ਕੇ ਜਾਂ ਨਿਰੰਕਾਰੀ ਕਾਂਡ ਹੋਇਆ ਸੀ, ਉਹਨਾਂ ਨੂੰ ਵੀ ਬਾਦਲ ਨੇ ਸਰਕਾਰ ਦੀ ਛਤਰੀ ਦੇ ਕੇ ਬਾਹਰ ਕੱਢਿਆ ਸੀ ਤੇ ਸਿੱਖਾਂ ਨੂੰ ਮਾਰਿਆ ਸੀ, ਤੇ ਸਰਕਾਰ ਪੰਜਾਬ ਦੀ ਤਾਂ 40 ਸਾਲ ਹੋ ਗਏ ਆ ਆਪਣੀ ਪਬਲਿਕ ਨੂੰ ਮਾਰਦਿਆਂ ਨੂੰ ਇੱਦਾਂ ਦੇ ਬੰਦੇ ਵਿੱਚੋਂ ਲੈ ਕੇ ਉਹਨਾਂ ਦੇ ਲੂਜ ਪੋਲ ਕੱਢ ਕੇ, ਤਾਂ ਤੁਸੀਂ ਦਿਖਾ ਲਈ ਇਹ ਸਾਰਾ ਇਹਦੇ ਬਾਰੇ ਤੁਹਾਨੂੰ ਪਤਾ। 78-79 ਉਸ ਪਾਲਿਸੀ ਬਾਰੇ ਮੈਨੂੰ ਬਹੁਤਾ ਨਹੀਂ ਗਾ ਪਤਾ, ਮੈਂ ਇੰਨਾ ਜ਼ਰੂਰ ਪਤਾ ਵਾ ਵੀ ਜਿਹੜੀ 80s ਦੇ ਵਿੱਚ ਇਹ ਪਾਲਿਸੀ ਜਿਹੜੀ ਆ ਵੀ ਮਿਲੀਟੈਂਟਸ ਨੂੰ ਮਿਲੀਟੈਂਟਸ ਦੇ ਖਿਲਾਫ ਵਰਤਿਆ ਗਿਆ ਉਹਦੇ ਬਾਰੇ ਤਾਂ ਮੈਨੂੰ ਜ਼ਰੂਰ ਪਤਾ ਵਾ, ਮੈਂ ਗੱਲ ਵੀ ਕੀਤੀ ਆ ਕਿ ਰੋਬੈਰੋ ਵੇਲੇ ਔਰ KPS ਗਿੱਲ ਵੇਲੇ ਕੀ ਹੁੰਦਾ ਰਿਹਾ ਵਾ, ਪਰ ਉਸ ਤੋਂ ਪਹਿਲਾਂ ਇਹਦੀ ਇਸਤੇਮਾਲ ਜੇ ਹੋਇਆ ਵਾ ਤਾਂ ਉਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ। ਪਤਾ ਜ਼ਰੂਰ ਆਪਾਂ ਲਾ ਸਕਦੇ, ਪਰ ਤੁਹਾਡਾ ਕੀ ਖਿਆਲ ਹੈ ਇਹੋ ਜਿਹੀ ਪਾਲਿਸੀ ਵਰਤਣੀ ਚਾਹੀਦੀ ਆ? ਨਹੀਂ ਜੀ, ਵਰਤਣੀ ਤਾਂ ਨਹੀਂ ਚਾਹੀਦੀ, ਪਰ ਸਰਕਾਰਾਂ ਵਰਤ ਰਹੀਆਂ ਨੂੰ ਆਪਣੇ ਮਫਾਦ ਲਈ। ਇਹਦੇ ਵਿੱਚ ਨਜਾਇਜ਼ ਬੰਦੇ ਬਹੁਤ ਮਾਰੇ ਜਾਂਦੇ ਆ ਜਿਹੜੇ ਵਿਚਾਰੇ ਭੋਲੇ ਭਾਲੇ ਹੁੰਦੇ ਆ। ਹੁਣ ਜਿੰਨਾ ਸੰਨ 78 ਤੋਂ ਲਾ ਕੇ ਚੱਲਿਆ ਪੰਜਾਬ 'ਚ, ਸਾਡੇ ਨਾਲ ਵੀ ਇਹੀ ਹੋਇਆ। CRP ਵਾਲਿਆਂ ਦੇ ਮਨ 'ਚ ਇਹ ਗੱਲ ਬਿਠਾਲਦੀ ਸੀ ਜਿਹਦੇ ਪੱਗ ਬੰਨੀ ਉਹ ਅੱਤਵਾਦੀ ਆ, ਜਿਹਦੇ ਮੂੰਹ 'ਤੇ ਦਾੜੀ ਉਹ ਅੱਤਵਾਦੀ ਆ। ਇਹ ਸਰਕਾਰ ਦੀਆਂ ਉਹ ਤੇ ਇੱਕ ਵੱਖਰੀ ਪਾਲਿਸੀ ਆ, ਉਹ ਇੱਕ ਵੱਖਰੀ ਚੀਜ਼ ਆ, ਲੇਕਿਨ ਮਿਲੀਟੈਂਟਸ ਨੂੰ ਮਿਲੀਟੈਂਟਸ ਦੇ ਖਿਲਾਫ ਵਰਤਣਾ ਜਿਹੜਾ ਵਾ, ਦੇਖੋ ਕੁਝ ਤਾਂ ਸੁਭਾਵਿਕ ਹੁੰਦਾ ਵਾ। ਆਫਟਰਆਲ ਜੇ ਕੋਈ ਮਿਲੀਟੈਂਟ ਫੜਿਆ ਜਾਂਦਾ ਵਾ ਔਰ ਬਾਕੀ ਮਿਲੀਟੈਂਟਸ ਬਾਰੇ ਜਾਣਕਾਰੀ ਦਿੰਦਾ ਵਾ ਤਾਂ ਉਹ ਜਾਣਕਾਰੀ ਨੂੰ ਤੁਸੀਂ ਅਣਗੋਲਾ ਤਾਂ ਨਹੀਂ ਕਰ ਸਕਦੇ, ਉਹਨੂੰ ਉਹਦੇ 'ਤੇ ਐਕਸ਼ ਤਾਂ ਕਰੋਗੇ ਨਾ। ਲੇਕਿਨ ਇਹਨੂੰ ਇੱਕ ਪਾਲਿਸੀ ਵਰਤ ਕੇ ਬਣਾ ਕੇ ਵਰਤਣਾ ਸ਼ਾਇਦ ਉਹ ਸਹੀ ਨਹੀਂ, ਉਹਦੇ ਨਾਲ ਨੁਕਸਾਨ ਜ਼ਰੂਰ ਹੋ ਜਾਂਦਾ। ਮੈਂ ਜਿਵੇਂ ਅੱਗੇ ਦੱਸਿਆ ਵੀ ਸਮਾਜ ਦੇ ਵਿੱਚ ਆਪ ਮਾਰੂ ਜੰਗ ਜਿਹੜਾ ਵਾ ਉਹ ਸ਼ੁਰੂ ਹੋ ਜਾਂਦਾ। ਸੁਰਿੰਦਰ ਸਿੰਘ ਜੀ, ਹੋਰ ਇਹਦੇ ਬਾਰੇ ਕੁਛ ਕਹਿਣਾ ਚਾਹੁੰਦੇ ਜੇ? ਜਿੱਦਾਂ ਇਹਨੂੰ ਘਰੇਲੂ ਜੰਗ ਦਾ ਤੁਸੀਂ ਨਾਮ ਦੇ ਸਕਦੇ ਆ, ਜਿੱਦਾਂ ਬਾਜੇ ਵੇਲੇ ਲਾਲਚ ਵਿੱਚ ਆ ਕੇ ਫਿਰ ਬੰਦੇ ਉੱਦਾਂ ਹੀ ਨਜਾਇਜ਼ ਬੰਦਿਆਂ ਨੂੰ ਵੀ ਮਰਾਉਣ ਲੱਗ ਪੈਂਦੇ ਆ ਜੀ। ਜੀ ਬਿਲਕੁਲ ਬਿਲਕੁਲ, ਮੈਂ ਇੱਕ ਵਾਰੀ ਫਿਰ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵਾਂ ਵੀ ਅੱਜ ਦਾ ਮਸਲਾ ਇਹ ਕਿ ਕੀ ਅੱਤਵਾਦ ਨਾਲ ਮਿਲੀਟੈਂਸੀ ਨਾਲ ਨਜਿੱਠਣ ਵਾਸਤੇ ਮਿਲੀਟੈਂਟਸ ਦੀ ਮਦਦ ਲਈ ਜਾ ਸਕਦੀ ਹੈ, ਲੈਣੀ ਚਾਹੀਦੀ ਹੈ ਕਿ ਨਹੀਂ ਲੈਣੀ ਚਾਹੀਦੀ। ਮੇਰਾ ਆਪਣਾ ਤੁਹਾਨੂੰ ਤਾਂ ਪਤਾ ਹੀ ਆ ਕਿ ਕਈ ਮੁਲਕਾਂ ਨੇ ਇਹ ਜਿਹੜੀ ਪਾਲਿਸੀ ਆ ਇਹ ਇਸਤੇਮਾਲ ਕੀਤੀ ਆ, ਇਜ਼ਰਾਈਲ ਵਰਗੇ ਜਾਂ ਹੋਰ ਵੀ ਕਈ ਮੁਲਕ ਜਿਹੜੇ ਆ ਉਹ, ਔਰ ਕਈ ਥਾਵਾਂ 'ਤੇ ਮਿਲੀਟੈਂਟਸ ਨੂੰ ਜਿਹੜੇ ਸਰੈਂਡਰ ਕਰ ਜਾਂਦੇ ਆ ਉਹਨਾਂ ਨੂੰ ਫਿਰ ਆਮ ਕੀਤਾ ਜਾਂਦਾ ਵਾ, ਉਹਨਾਂ ਨੂੰ ਹਥਿਆਰ ਦਿੱਤੇ ਜਾਂਦੇ ਆ। ਪਹਿਲਾਂ ਤਾਂ ਹਥਿਆਰ ਦਿੱਤੇ ਜਾਂਦੇ ਆ ਵੀ ਉਹਨਾਂ ਦੀ ਸੈਲਫ ਪ੍ਰੋਟੈਕਸ਼ਨ ਆ, ਉਹ ਵੀ ਗੱਲ ਠੀਕ ਆ, ਸੈਲਫ ਪ੍ਰੋਟੈਕਸ਼ਨ ਜਿਹੜੀ ਸਾਡੇ ਸੰਵਿਧਾਨ ਦੇ ਵਿੱਚ ਉਹਦੀ ਪ੍ਰੋਵੀਜ਼ਨ ਹੈ। ਉਸ ਤੋਂ ਬਾਅਦ ਫਿਰ ਉਹਨਾਂ ਦੀ ਮਦਦ ਲਈ ਜਾਂਦੀ ਬਾਕੀ ਹੋਰ ਮਿਲੀਟੈਂਟਸ ਨੂੰ ਫੜਿਆ ਜਾਵੇ, ਔਰ ਫਿਰ ਕਿਉਂਕਿ ਉਹਨਾਂ 'ਤੇ ਫਿਰ ਅਟੈਕ ਹੋਣੇ ਸ਼ੁਰੂ ਹੋ ਜਾਂਦੇ ਆ, ਫਿਰ ਉਹਨਾਂ ਨੂੰ ਇਹ ਵੀ ਇਸਤੇਮਾਲ ਕਰਨ ਲੱਗ ਪੈਂਦੇ ਵੀ ਜੇ ਤੁਹਾਨੂੰ ਕੋਈ ਦਿਸਦਾ ਵਾ ਤਾਂ ਤੁਹਾਡੇ ਕੋਲ ਹਥਿਆਰ ਹੈ ਤਾਂ ਤੁਸੀਂ ਉਹਨੂੰ ਮਾਰ ਦਿਓ, ਔਰ ਪੁਲਿਸ ਜਿਹੜੀ ਆ ਓਨ ਅਪ ਕਰ ਲੈਂਦੀ ਵੀ ਅਸੀਂ ਪਹਿਲਾਂ ਤਾਂ ਕਾਫੀ ਦੇਰ ਪਤਾ ਹੀ ਨਹੀਂ ਲੱਗਦਾ ਵੀ ਉਹਨੂੰ ਮਾਰ ਕੌਣ ਗਿਆ। ਜੇ ਕੋਈ ਆਦਮੀ ਕਿਸੇ ਦੀ ਹੱਤਿਆ ਹੁੰਦੀ ਹੈ ਤਾਂ ਕਈ ਵਾਰ ਉੱਥੇ ਇੰਨਾ ਕੁ ਕਨਫਿਊਜ਼ਨ ਹੋ ਜਾਂਦਾ ਵਾ ਵੀ ਇਸ ਕਨਫਿਊਜ਼ਨ ਦਾ ਜਿਹੜੀਆਂ ਸਿਕਿਉਰਿਟੀ ਫੋਰਸਿਸ ਆ ਉਹ ਫਾਇਦਾ ਲੈਣ ਦੀਆਂ ਕੋਸ਼ਿਸ਼ ਕਰਦੀਆਂ। ਮੇਰਾ ਆਪਣਾ ਖੁਦ ਦਾ ਵਿਚਾਰ ਹੈ ਕਿ ਮਿਲੀਟੈਂਟਸ ਬਾਰੇ ਫੜੇ ਹੋਏ ਮਿਲੀਟੈਂਟਸ ਤੋਂ ਖਬਰ ਜਿਹੜੀ ਲੈਣੀ ਆ ਉਹ ਸੁਭਾਵਿਕ ਹੈ, ਨੈਚੁਰਲ ਜੀ ਗੱਲ ਹੈ, ਪਰ ਇਸ ਨੂੰ ਇੱਕ ਮੈਂ ਜੋ ਹੁਣੇ ਕਿਹਾ ਕਿ ਪੋਲਿਸੀ ਬਣਾ ਕੇ ਵਰਤਣਾ ਬਹੁਤ ਖਤਰਨਾਕ ਸਾਬਤ ਹੋ ਸਕਦਾ। ਇਹੋ ਹੀ ਪੰਜਾਬ ਅਤੇ ਕਸ਼ਮੀਰ ਦੇ ਵਿੱਚ ਹੋਇਆ ਸੀ। ਵੈਸੇ ਵੀ ਮੇਰਾ ਖਿਆਲ ਹੈ ਸੁਪਰੀਮ ਕੋਰਟ ਦਾ ਇੱਕ ਫੈਸਲਾ ਵਾ 2008 ਦਾ, ਇਸ ਫੈਸਲੇ ਦੇ ਤਹਿਤ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਸਿਵਿਲੀਅਨਸ ਨੂੰ ਦੂਜੇ ਸਿਵਿਲੀਅਨਸ ਨੂੰ ਮਾਰਨ ਵਾਸਤੇ ਹਥਿਆਰ ਨਹੀਂ ਦਿੱਤੇ ਜਾ ਸਕਦੇ। ਮੈਂ ਇਹ ਵੀ ਵੇਖਿਆ ਕਿ ਕੈਟਸ ਜਾਂ ਇਹੋ ਜਿਹੇ ਲੋਕ ਜਿਹੜੇ ਆ ਉਹ ਹੱਥੋਂ ਬਾਹਰ ਹੋ ਜਾਂਦੇ ਆ ਔਰ ਆਪਣੀ ਮਨਮਰਜ਼ੀ ਕਰਦੇ ਆ, ਔਰ ਜਿਨ੍ਹਾਂ ਨਾਲ ਉਹਨਾਂ ਦੀ ਨਿੱਜੀ ਦੁਸ਼ਮਣੀ ਹੁੰਦੀ ਆ ਉਹ ਨਿੱਜੀ ਦੁਸ਼ਮਣੀ ਵੀ ਕੱਢਣ ਦੀ ਕੋਸ਼ਿਸ਼ ਕਰਦੇ ਆ। ਉਹਨਾਂ ਨੂੰ ਕੰਟਰੋਲ ਕਰਨ ਦੀ ਜਿਹੜੀ ਆ ਉਹ ਜਦੋਂ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਉਦੋਂ ਨੁਕਸਾਨ ਵੀ ਹੋ ਜਾਂਦਾ। ਮੈਨੂੰ ਯਾਦ ਹੈ ਪੰਜਾਬ ਦੇ ਵਿੱਚ ਇੱਕ ਬਹੁਤ ਮਨਭਾਗਾ ਇੰਸੀਡੈਂਟ ਹੋਇਆ ਸੀ। ਇੱਥੇ ਇੱਕ ਆਫਿਸਰ ਹੁੰਦੇ ਸੀ ਸੀਤਲ ਦਾਸ, ਕਾਫੀ ਕਾਬਲ ਅਫਸਰ ਸੀਗੇ, ਉਹਨਾਂ ਨੇ ਕਿਸੇ ਤਰ੍ਹਾਂ ਹੀ ਇੱਕ SPO ਇੱਕ ਕੈਟਸ ਜਿਹੜੇ ਆ ਇਹਨਾਂ ਨੂੰ ਕਈ ਵਾਰ ਪਹਿਲਾਂ ਸਪੈਸ਼ਲ ਪੁਲਿਸ ਆਫਿਸਰ ਸੀ ਭਰਤੀ ਕਰਦੇ ਆ ਵੀ ਉਹ ਸਮਾਜ ਦੇ ਬਾਰੇ ਇਨਫੋਰਮੇਸ਼ਨ ਦੇ ਸਕਣ, ਔਰ ਉੱਥੇ ਜਿਹੜੀਆਂ ਡਿਫੈਂਸ ਕਮੇਟੀਜ਼ ਬਣੀਆਂ ਵਾ ਉਹਨਾਂ ਦੇ ਵਿੱਚ ਉਹਨਾਂ ਦੀ ਮਦਦ ਲਈ ਜਾ ਸਕਦੇ। ਉਹਨਾਂ ਨੇ ਇੱਕ SPO ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਟਿਆਲੇ ਦੇ ਵਿੱਚ, ਕਿਉਂਕਿ SPO ਦੇ ਖਿਲਾਫ ਕਾਫੀ ਸ਼ਿਕਾਇਤਾਂ ਸਨ, ਅਤੇ ਉਹਨਾਂ ਨੇ ਆਪਣੇ SPO ਨੂੰ ਆਪਣੇ ਦਫ਼ਤਰ 'ਚ ਬੁਲਾਇਆ ਅਤੇ ਉਹਨੂੰ ਕਿਹਾ ਵੀ ਆਪਣਾ ਹਥਿਆਰ ਵਾਪਸ ਦੇ। ਉਹਨੇ ਜਦੋਂ ਆਪਣਾ ਹਥਿਆਰ ਵਾਪਸ ਦੇਣ ਲਈ ਕੱਢਿਆ ਤਾਂ ਉਹਨੇ ਸੀਤਲ ਦਾਸ ਨੂੰ ਗੋਲੀ ਮਾਰਤੀ ਸੀ। ਸੋ ਇਹੋ ਜਿਹੇ ਵਾਕਿਆ ਵੀ ਸਾਹਮਣੇ ਆਏ ਆ ਜਿਹਦੇ ਨਾਲ ਨੁਕਸਾਨ ਵੀ ਹੋ ਜਾਂਦਾ ਵਾ, ਔਰ ਇਹੋ ਜਿਹੇ ਵਾਕਿਆ ਵੀ ਸਾਡੇ ਨਿਗਾਹ ਦੇ ਵਿੱਚ ਕਾਫੀ ਵਾਰ ਸਾਹਮਣੇ ਆਏ ਆ ਜਦੋਂ
ਜਿਹੜੇ ਮਿਲੀਟੈਂਟਸ ਆ ਉਹਨਾਂ ਨੇ ਜਦੋਂ ਸਿਕਿਉਰਿਟੀ ਫੋਰਸਿਸ ਦੀ ਕਾਫੀ ਮਦਦ ਕੀਤੀ ਆ ਅਤੇ ਉਹਨਾਂ ਨੂੰ ਫਿਰ ਮੁੜ ਵਸਾਇਆ ਗਿਆ ਵਾ। ਮੈਂ ਜਿਵੇਂ ਬੜਾ ਇੰਟਰਸਟਿੰਗ ਐਗਜ਼ਾਮਪਲ ਸੁਖੀ ਦਾ ਦਿੱਤਾ ਵਾ, ਸੁਖੀ ਜਿਹੜਾ ਵਾ ਉਹਨੇ ਉਹਨੂੰ ਸਿਕਿਉਰਿਟੀ ਫੋਰਸਿਸ ਨੇ ਵਰਤਿਆ ਔਰ ਉਸ ਤੋਂ ਬਾਅਦ ਜਦੋਂ ਦੇਖਿਆ ਕਿ ਉਹਦੀ ਹੋਰ ਕੋਈ ਵਰਤੋਂ ਨਹੀਂ ਕੀਤੀ ਜਾ ਸਕਦੀ ਤਾਂ ਉਹਨੂੰ ਇੱਕ ਨਵਾਂ ਨਾਂ ਦੇ ਕੇ ਹਰਜੀਤ ਸਿੰਘ ਕਾਹਲੋਂ ਨਾਂ ਦੇ ਕੇ, ਉਹਦਾ ਨਾਂ ਸੁਖਵਿੰਦਰ ਸਿੰਘ ਸੁਖੀ ਸੀ, ਬਾਅਦ 'ਚ ਕਾਹਲੋਂ ਦਾ ਨਾਂ ਦੇ ਕੇ ਹਰਜੀਤ ਸਿੰਘ ਕਾਹਲੋਂ ਦਾ ਨਾਂ ਦੇ ਕੇ ਉਹਨੂੰ ਫਿਰ ਇੱਕ ਪਾਸਪੋਰਟ ਬਣਾ ਕੇ ਦਿੱਤਾ ਗਿਆ। ਇਸ ਵੇਲੇ ਵੈਸੇ ਉਹ ਬਾਅਦ ਦੇ ਵਿੱਚ ਫੜਿਆ ਗਿਆ ਸੀਗਾ ਕਿਉਂਕਿ ਆਪਸ ਦੇ ਵਿੱਚ ਹੀ ਕਈ ਵਾਰ ਪੁਲਿਸ ਵਾਲੇ ਇੱਕ ਦੂਜੇ ਨੂੰ ਫੜਾ ਦਿੰਦੇ, ਇੱਕ ਦੂਜੇ ਦੇ ਬੰਦੇ ਨੂੰ ਫੜਾ ਦਿੰਦੇ ਆ ਔਰ ਸ਼ਾਇਦ ਇਸ ਵੇਲੇ ਉਹ ਜੇਲ੍ਹ ਦੇ ਵਿੱਚ ਨੇ। ਸੋ ਇਹੋ ਜਿਹੀ ਪੋਲਿਸੀ ਦਾ ਕਈ ਵਾਰ ਨੁਕਸਾਨ ਵੀ ਹੋ ਜਾਂਦਾ, ਆਪਾਂ ਇਹੋ ਹੀ ਗੱਲ ਕਰ ਰਹੇ ਹਾਂ ਔਰ ਕੁਝ ਕਾਲਰ ਸਾਡੇ ਨਾਲ ਇਸ ਵੇਲੇ ਜੁੜੇ ਆ, ਉਹ ਦੇਖਦੇ ਹਾਂ ਉਹਨਾਂ ਦਾ ਕੀ ਵਿਚਾਰ ਹੈ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਹਰਪ੍ਰੀਤ ਸਿੰਘ ਬੋਲ ਰਿਹਾ ਜੀ, ਮੋਡਸਟੋ ਕੈਲੀਫੋਰਨੀਆ ਤੋਂ। ਹਾਂਜੀ ਹਰਪ੍ਰੀਤ ਸਿੰਘ ਜੀ, ਸਵਾਗਤ ਹੈ, ਦੱਸੋ ਕੀ ਕਹਿਣਾ ਚਾਹੁੰਦੇ ਜੀ। ਹਾਂਜੀ, ਕਿਉਂਕਿ ਜਦੋਂ ਆਪਾਂ ਯੂਜ਼ ਕਰਦੇ ਹੈਗੇ ਆ ਕੋਈ ਇਹੋ ਜਿਹੇ ਏਜੰਟਸ ਜਾਂ ਫਿਰ ਮਤਲਬ ਇਨਡਾਇਰੈਕਟਲੀ ਤੁਸੀਂ ਕਹਿ ਲਓ ਕਿ ਇੰਪਲੋਈ ਜੀ, ਤੇ ਮੇਰੇ ਖਿਆਲ ਤੋਂ ਉਹਨਾਂ ਨੂੰ ਫਿਰ ਜੋ ਵੀ ਰਿਸਪੋਂਸੀਬਿਲਟੀਜ਼ ਹੁੰਦੀ ਆ ਇੱਕ ਗਵਰਨਮੈਂਟ ਏਜੰਟ ਦੀ ਅੰਡਰ ਦੀ ਕੋਨਸਟੀਟਿਊਸ਼ਨ ਜੀ, ਉਹ ਫਿਰ ਸਾਰੀ ਉਹਨਾਂ ਦੀ ਰਿਸਪੋਂਸੀਬਿਲਟੀ ਹੋਣੀ ਚਾਹੀਦੀ ਹੈਗੀ ਆ ਕਿ ਉਹਨਾਂ ਨੂੰ ਫਿਰ ਤੁਸੀਂ ਸੈਲਫ ਡਿਫੈਂਸ ਜਾਂ ਮਤਲਬ ਇੱਕ ਇੱਕ ਮੈਨੂਫੈਕਚਰਡ ਸੈਲਫ ਡਿਫੈਂਸ ਵਾਲੇ ਕੋਈ ਕਲੇਮ ਦੇ ਵਿੱਚ ਤੁਸੀਂ ਉਹਨਾਂ ਨੂੰ ਬਖਸ਼ ਨਹੀਂ ਸਕਦੇ ਹੈਗੇ ਫਿਰ, ਕਿਉਂਕਿ ਉਹ ਫਿਰ ਤੁਹਾਡੇ ਇੰਪਲੋਈ ਆ ਇੱਕ ਤਰ੍ਹਾਂ ਦੇ, ਕਿਉਂਕਿ ਤੁਹਾਡਾ ਕਾਫੀ ਕੰਟਰੋਲ ਹੁੰਦਾ ਉਹਨਾਂ ਤੇ। ਨਹੀਂ ਹਰਪ੍ਰੀਤ ਸਿੰਘ ਜੀ, ਤੁਸੀਂ ਉਹਨਾਂ ਨੂੰ ਇੰਪਲੋਈ ਕਹਿ ਨਹੀਂ ਸਕਦੇ, ਉਹਦਾ ਰੀਜ਼ਨ ਇਹ ਆ ਵੀ ਇੱਕ ਤਾਂ ਉਹਨਾਂ ਦੀ ਰਿਕਰੂਟਮੈਂਟ ਪਾਲਿਸੀ ਦੇ ਤਹਿਤ ਉਹਨਾਂ ਦੀ ਰਿਕਰੂਟਮੈਂਟ ਨਹੀਂ ਹੋਈ, ਦੂਜਾ ਉਹਨਾਂ ਦੀ ਕੋਈ ਟ੍ਰੇਨਿੰਗ ਨਹੀਂ ਹੋਈ। ਸੋ ਇਸ ਕਰਕੇ ਔਰ ਜਦੋਂ ਉਹਨਾਂ ਦਾ ਪਤਾ ਲੱਗ ਜਾਏ ਵੀ ਇਹਨਾਂ ਦੀ ਰਿਕਰੂਟਮੈਂਟ ਹੋ ਗਈ ਆ, ਜਦੋਂ ਉਹ ਟ੍ਰੇਨਿੰਗ ਕਰਕੇ ਬਾਹਰ ਆਉਂਦੇ ਆ, ਫਿਰ ਉਹਨਾਂ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ, ਕਿਉਂਕਿ ਫਿਰ ਉਹ ਜਿਹੜੇ ਮਿਲੀਟੈਂਟਸ ਦੇ ਵਿੱਚ ਜਿਵੇਂ ਮਿੰਗਲ ਕਰਦੇ ਆ, ਉਹਨਾਂ ਦੇ ਵਿੱਚ ਰਹਿੰਦੇ ਆ, ਉਹ ਨਹੀਂ ਰਹਿ ਸਕਦੇ, ਫਿਰ ਮਿਲੀਟੈਂਟਸ ਉਹਨਾਂ ਤੋਂ ਕਿਨਾਰਾ ਕਰਨ ਲੱਗ ਪੈਂਦੇ ਆ। ਸੋ ਸਰਕਾਰ ਦੀ ਪਾਲਿਸੀ ਇਹ ਹੁੰਦੀ ਆ ਵੀ ਪਤਾ ਨਾ ਲੱਗੇ ਕਿ ਇਹ ਸਾਡੇ ਵੱਲ ਦੇ ਹੋ ਗਏ ਆ ਹੁਣ, ਔਰ ਉਹ ਮਿਲੀਟੈਂਟਸ ਦੇ ਵਿੱਚ ਘੁੰਮਦੇ ਫਿਰਦੇ ਔਰ ਨਾਲੇ ਮਿਲੀਟੈਂਟਸ ਨੂੰ ਫੜਾਉਂਦੇ ਆ। ਸੋ ਇਹ ਪਾਲਿਸੀ ਜਿਹੜੀ ਆ ਨਾ ਇਸ ਤਰ੍ਹਾਂ ਵਰਤੀ ਜਾਂਦੀ ਹੈ, ਜੇ ਉਹਨਾਂ ਨੂੰ ਤੁਸੀਂ ਅਬਵ ਬੋਰਡ ਲੈਣ ਦਾ ਜਿਵੇਂ SPO ਭਰਤੀ ਕਰ ਰਿਹਾ ਇੱਕ ਵਾਰੀ, ਤਾਂ ਫਿਰ ਤਾਂ ਉਹਨਾਂ ਨੂੰ ਤੁਸੀਂ ਇਸਤੇਮਾਲ ਨਹੀਂ ਕਰ ਸਕਦੇ ਜਿਹੜੇ ਕੰਮ ਲਈ ਤੁਸੀਂ ਉਹਨਾਂ ਨੂੰ ਇਸਤੇਮਾਲ ਕਰਨਾ ਚਾਹੁੰਦੇ। ਹਾਂਜੀ ਹਰਪ੍ਰੀਤ ਸਿੰਘ ਜੀ। ਹਾਂਜੀ, ਕਿਉਂਕਿ ਇਨਫੋਰਮੇਸ਼ਨ ਤੱਕ ਤੇ ਇਹ ਚੀਜ਼ ਠੀਕ ਹੈਗੀ ਆ, ਪਰ ਜਦੋਂ ਤੁਸੀਂ ਉਹਨਾਂ ਨੂੰ ਐਨਕਰੇਜ ਕਰਦੇ ਹੋ ਵਾਇਲੈਂਟ ਐਕਟ ਕਰਨ ਲਈ ਜੀ, ਉਹ ਫਿਰ ਥੋੜਾ ਆਊਟ ਆਫ ਬਾਉਂਡ ਚੀਜ਼ ਹੋ ਜਾਂਦੀ ਹੈਗੀ ਆ ਕਿ ਚਲੋ ਇਨਫੋਰਮੈਂਟ ਤੇ ਇੱਕ ਇੱਕ ਬੇਸਿਕ ਪ੍ਰੈਕਟਿਸ ਆ ਸਾਰੇ ਮਤਲਬ ਵਰਲਡ ਦੇ ਵਿੱਚ। ਬਿਲਕੁਲ ਬਿਲਕੁਲ, ਮੈਂ ਵੀ ਕਿਹਾ ਵੀ ਇੰਟੈਲੀਜੈਂਸ ਲੈਣੀ ਜਿਹੜੀ ਆ ਉਹ ਤਾਂ ਠੀਕ ਹੈ, ਲੇਕਿਨ ਇੱਕ ਬਤੌਰ ਐਜ਼ ਅ ਪੋਲਿਸੀ ਇਹਨੂੰ ਵਰਤਣਾ, ਉਹਨਾਂ ਨੂੰ ਹਥਿਆਰ ਦੇਣਾ, ਉਹਨਾਂ ਨੂੰ ਇਜਾਜ਼ਤ ਦੇਣੀ ਵੀ ਉਹ ਆਪ ਵੀ ਜਾ ਕੇ ਕਿਲਿੰਗਸ ਕਰ ਸਕਦੇ ਆ, ਉਹ ਬਹੁਤ ਬਹੁਤ ਗਲਤ ਆ। ਹਰਪ੍ਰੀਤ ਜੀ ਬਹੁਤ ਬਹੁਤ ਧੰਨਵਾਦ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਉਹਨਾਂ ਦਾ ਵੀ ਦ੍ਰਿਸ਼ਟੀਕੋਣ ਇਸ ਮਸਲੇ ਬਾਰੇ ਦੇਖਦੇ ਹਾਂ ਕਿ ਜੋ ਸਾਡੇ ਡਿਫੈਂਸ ਮਿਨਿਸਟਰ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਬਿਆਨ ਦਿੱਤਾ ਉਹਦੇ ਬਾਰੇ ਉਹਨਾਂ ਦਾ ਕੀ ਖਿਆਲ ਹੈ। ਹੈਲੋ ਹੈਲੋ ਸੰਧੂ ਸਾਹਿਬ। ਹਾਂਜੀ, ਜਗਰਾਜ ਗਿੱਲ ਬੋਲਦਾ ਸ਼ਾਲਟ ਤੋਂ ਜੀ। ਹਾਂਜੀ ਹਾਂਜੀ ਜਗਰਾਜ ਜੀ, ਦੱਸੋ ਕੀ ਕਹਿਣਾ ਚਾਹੁੰਦੇ ਜੀ। ਇਹ ਕਾਲੀਆਂ ਬਿੱਲੀਆਂ ਦਾ ਮਤਲਬ ਇਹਦੇ ਬਾਰੇ ਕੋਈ ਵਧੀਆ ਖੋਜ ਨਹੀਂ ਹੋ ਸਕੀ ਤੇ ਨਾ ਫੜੇ ਜਾ ਸਕੇ। ਬਹੁਤ ਸੀਕ੍ਰੇਟ ਸਿਸਟਮ ਸੀ ਪੁਲਿਸ ਦਾ ਜੀ, ਮੈਂ ਰਿਪੋਰਟਿੰਗ ਕਰਦਾ ਸੀ ਬੋਰ ਤੋਂ ਜੀ, ਤੇ ਉਸ ਵੇਲੇ ਤੇ ਜਦੋਂ ਮੇਰੇ ਘਰ ਦੇ ਪੁੱਛਦੇ ਹੁੰਦੇ ਸੀ ਕਦੋਂ ਆਏਗਾ, ਤੇ ਮੈਂ ਕਹਿੰਦਾ ਹੁੰਦਾ ਸੀ ਪਤਾ ਨੀ ਮੈਂ ਵਾਪਸ ਮੁੜੂੰਗਾ ਕਿ ਨਹੀਂ ਮੁੜੂੰਗਾ ਬੋਰ ਤੋਂ, 15 ਕਿਲੋਮੀਟਰ ਦਾ ਏਰੀਆ ਜੀ। ਤੇ ਇੱਕ DSP ਆਇਆ ਸੀ ਸਾਡੇ ਬੋਰ ਗਰੇਵਾਲ ਜੀ ਪਟਿਆਲੇ ਤੋਂ, ਉਹ ਇੱਕ ਕੌਲੀ ਸੀ ਟੈਰੋਰਿਸਟ ਤੇ ਉਹਦੇ ਨਾਲ ਮਿਲ ਕੇ ਉਹਨਾਂ ਨੇ ਗੜਬੜ ਕਰਕੇ 2 ਕਰੋੜ ਰੁਪਇਆ ਮਤਲਬ ਕਮਾ ਲਿਆ ਤੇ ਦਾਣੇ ਵਾਲੀ ਭੜੋਲੀ ਚਲਕਾਇਆ ਸੀ ਤੇ ਜਦੋਂ ਵਿਜੀਲੈਂਸ ਨੇ ਤਲਾਸ਼ੀ ਲਈ ਤੇ 2 ਕਰੋੜ ਰੁਪਇਆ ਲੱਭਿਆ ਜੀ, ਤੇ ਪੁਲਿਸ ਨੇ ਉਹਨੂੰ ਫੜ ਕੇ CIA ਨੇ ਅਰੈਸਟ ਕਰ ਲਿਆ ਜੀ। ਤੇ ਉਹਨਾਂ ਕਿਹਾ ਵੀ ਇੱਕ ਮਿੰਟ ਮੇਰੀ ਗੱਲ ਕਰਾਓ KPS ਗਿੱਲ ਨਾਲ ਜੀ, ਉਹਨਾਂ ਨੇ ਕਰਾਈ ਤੇ KPS ਗਿੱਲ ਕਹਿੰਦੇ ਵੀ ਇਹਨੂੰ ਵੀ ਲੈ ਆਓ ਤੇ ਪੈਸੇ ਲੈ ਆਓ, ਉਹਨੂੰ ਵੀ ਲੈ ਗਏ ਤੇ ਪੈਸੇ ਵੀ ਲੈ ਗਏ ਤੇ ਪੈਸੇ ਇਕੱਠੇ ਕਰਕੇ ਰੱਖ ਲਏ ਤੇ ਉਹਨਾਂ ਨੂੰ ਕਹਿੰਦੇ ਵੀ ਪਟਿਆਲੇ ਤੋਂ ਅਬੋਹਰ ਚਾਰਜ ਲਓ, ਅਬੋਹਰ ਥੋੜਾ ਠੰਡਾ ਹੈ ਉਸਨੂੰ ਗਰਮ ਕਰੋ। ਹਾਂਜੀ, ਉੱਥੇ ਸੰਧੂ ਸਾਹਿਬ ਸੀ ਇੱਕ ਕੁਲਦੀਪ ਸਿੰਘ ਸੰਧੂ DSP, ਬੜਾ ਸਿੱਖੀ ਮਾਈਂਡਡ ਬਹੁਤ ਵਧੀਆ, ਉਹਨਾਂ ਨੂੰ ਬਦਲੀ ਕਰਕੇ ਤੇ ਉਹਨਾਂ ਦੀ ਡਿਊਟੀ ਲਾ ਦਿੱਤੀ, ਉਹਨਾਂ ਆਉਂਦੇ 4 ਝੂਠੇ ਮੁਕਾਬਲੇ ਕਰਤੇ ਅਬੋਹਰ ਚ। ਓਕੇ, ਤੇ ਉਸ ਤੋਂ ਬਾਅਦ ਇਨਕੁਆਇਰੀ ਹੋਈ CBI ਦੀ, ਅਰੈਸਟ ਕਰ ਲਿਆ CBI ਨੇ ਜੀ, ਔਰ ਦਿੱਲੀ ਤਿਹਾੜ ਜੇਲ੍ਹ ਸਿੜਤਾ, 3 ਮਹੀਨੇ ਬਾਅਦ ਜਮਾਨਤ ਕਰਾ ਕੇ SP ਬਣ ਕੇ ਫਤਿਹਗੜ੍ਹ ਸਾਹਿਬ ਲੱਗ ਗਏ। ਓਕੇ, ਉਸ ਤੋਂ ਬਾਅਦ SSP ਬਣ ਕੇ ਪਿੱਛੇ ਮੋਗੇ ਲੱਗੇ ਰਹੇ ਨੇ ਜੀ ਜੀ।
ਜਗਰਾਜ ਜੀ, ਮੈਂ ਬਿਲਕੁਲ ਮੰਨਦਾ ਵਾਂ, ਇਹ ਦੇਖੋ ਇਹ ਪਾਲਿਸੀ ਵਰਤੀ ਗਈ ਸੀਗੀ, ਹਾਲੀ ਬੋਰ ਬਹੁਤਾ ਅਫੈਕਟਡ ਨਹੀਂ ਸੀਗਾ ਮਿਲੀਟੈਂਸੀ ਨਾਲ, ਪਰ ਫਿਰ ਵੀ ਤੁਸੀਂ ਉੱਥੋਂ ਦੀ ਗੱਲ ਦੱਸੀ ਹੈ, ਆਪਣਾ ਤਜਰਬਾ ਜਿਹੜਾ ਵਾ ਸ਼ੇਅਰ ਕੀਤਾ ਵਾ। ਕੌਲੀ ਨਾਂ ਦੇ ਜਿਹੜਾ ਮੇਰੇ ਖਿਆਲ ਖਾੜਕੂ ਦੀ ਗੱਲ ਕਰ ਰਹੇ ਹੋ, ਸ਼ਾਇਦ ਚੰਡੀਗੜ੍ਹ ਦੇ ਨੇੜੇ ਕਿਸੇ ਥਾਂ ਦੇ ਰਹਿਣ ਵਾਲੇ ਸੀ। ਇਹ ਬਿਲਕੁਲ ਠੀਕ ਹੈ ਗੱਲ ਕਿ ਇਹ ਜਿਹੜੇ ਕਿਆਡ ਸੀਗੇ ਉਹਨਾਂ ਨੇ ਪੈਸਾ ਬਣਾਇਆ ਵੀ, ਪੈਸਾ ਬਣਵਾਇਆ ਵੀ, ਔਰ ਕਾਫੀ ਪੁਲਿਸ ਅਫਸਰਾਂ ਦੇ ਨਾਲ ਇਹਨਾਂ ਲੋਕਾਂ ਦੀ ਮਿਲੀ ਭਗਤ ਸੀ। ਇੱਕ ਹੋਰ ਸੱਜਣ ਸਾਡੇ ਨਾਲ ਇਸ ਵੇਲੇ ਜੁੜੇ ਆ, ਉਹਨਾਂ ਦਾ ਵਿਚਾਰ ਵੀ ਸਾਂਝਾ ਕਰਦੇ ਹਾਂ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਮੈਂ ਬ੍ਰੈਂਪਟਨ ਤੋਂ ਨਰਿੰਦਰ ਸਿੰਘ ਸੋਹਲ ਬੋਲਦਾ ਜੀ। ਹਾਂਜੀ ਹਾਂਜੀ ਸੋਹਲ ਸਾਹਿਬ, ਸਵਾਗਤ ਹੈ, ਦੱਸੋ ਕੀ ਤੁਹਾਡਾ ਕੀ ਵਿਚਾਰ ਹੈ, ਕੀ ਦ੍ਰਿਸ਼ਟੀਕੋਣ ਹੈ? ਮੇਰਾ ਵਿਚਾਰ ਉਹ ਹੈ ਤੁਹਾਡੇ ਵਾਲਾ ਹੀ ਆ ਕਿ ਮਤਲਬ ਕੈਡਸ ਨੂੰ ਜਿਹੜਾ ਆ ਸਿਵਲੀਅਨ ਦੇ ਵਿਰੁੱਧ ਵਰਤਣਾ ਜਿਹੜਾ ਆ ਇਹ ਬਿਲਕੁਲ ਗਲਤ ਹੈ। ਮੈਂ ਆਪਣਾ ਵੀ ਇਲਾਕਾ ਭਿੱਖੀ ਵੜਦਾ ਸੀਗਾ ਤੇ ਮੈਂ ਤੁਹਾਨੂੰ ਇੱਕ ਮੈਂ ਵੀ ਮਿਸਾਲ ਦਿੰਦਾ ਕਿ ਉੱਥੇ ਇੱਕ ਜੀਤ ਸਿੰਘ ਪੂਲਾ ਨਿਹੰਗ ਹੁੰਦਾ ਸੀਗਾ ਜਿਹਨੂੰ ਕਿ ਪੁਲਿਸ ਨੇ ਬੜੀਆਂ ਪਾਵਰਾਂ ਦਿੱਤੀਆਂ ਹੋਈਆਂ ਸੀ, ਬੋਡੀ ਗਾਰਡ ਵੀ ਦਿੱਤੇ ਹੋਏ ਸੀ, ਕਾਫੀ ਗੱਡੀਆਂ ਵੀ ਦਿੱਤੀਆਂ। ਉਹਨੇ ਇੱਕ ਆਪਣੀ ਕਿਸਮ ਦੀ ਵੱਖਰੀ ਦਹਿਸ਼ਤ ਫੈਲਾਈ ਹੋਈ ਸੀ, ਉਹਨੇ ਬੰਦੇ ਵੀ ਮਾਰੇ, ਉਹਨੇ ਲੋਕਾਂ ਦੀਆਂ ਪੈਲੀਆਂ ਤੇ ਕਬਜ਼ਾ ਵੀ ਕੀਤਾ, ਇੱਕ ਨਿਹੰਗ ਹੋਣ ਦੇ ਨਾਤੇ ਉਹਨੇ ਜਨਾਨੀਆਂ ਦਾ ਬਲਾਤਕਾਰ ਵੀ ਕੀਤੇ, ਨਸ਼ਾ ਵੀ ਰੱਜ ਕੇ ਪੀਤਿਆ, ਉਹਦੀ ਬੈਗ ਤੇ ਪੁਲਿਸ ਸੀ, ਰੱਜ ਕੇ ਉਹਨੇ ਦਹਿਸ਼ਤ ਫੈਲਾਈ। ਇੱਕ ਮੁੜ ਕੇ ਕਰਨਲ ਸੰਧੂ ਆ ਭਿੱਖੀ ਵਿੰਡ ਤੋਂ, ਲਾਗੇ ਉਹਦਾ ਪਿੰਡ ਹੈ ਮਾੜੀ ਸ਼ਾਇਦ ਭੂਲਾ ਭੂਲਾ ਨੀ ਉਹਦਾ ਪਿੰਡ ਹੋਰ ਹੈ, ਮੈਨੂੰ ਯਾਦ ਭੁੱਲ ਗਿਆ, ਕਰਨਲ ਸੰਧੂ ਹੈ, ਜਿਨ੍ਹਾਂ ਨੇ ਮੁੜ ਕੇ ਉਹਦੇ ਤੇ ਕੇਸ ਕਰਕੇ ਤੇ ਉਹਨੂੰ ਜੇਲ੍ਹ ਭੇਜਿਆ, ਤੇ ਜਿਨ੍ਹਾਂ ਉਹਦੇ ਜੇਲ੍ਹ ਤੇ ਜਾਣ ਦੇ ਵਿੱਚ ਜਿਨ੍ਹਾਂ ਨੂੰ ਉਹਨੇ ਤੰਗ ਕੀਤਾ ਸੀ ਤੇ ਜੇਲ੍ਹ ਭੇਜਿਆ ਸੀ, ਮੁੜ ਕੇ ਉਹਨਾਂ ਬੰਦਿਆਂ ਨੇ ਉਹਨੂੰ ਜੇਲ੍ਹ ਦੇ ਵਿੱਚ ਤੇਲ ਪਾ ਕੇ ਫੂਕਿਆ ਸੀਗਾ, ਛਾ ਰਿਹਾ ਸੀ, ਸ਼ਾਇਦ ਇਹ ਬੜੀ ਵੱਡੀ ਖਬਰ ਸੀ। ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਸ਼ੋ ਕਰਦੀਆਂ ਕਿ ਇਹਨਾਂ ਨੇ ਆਪਣੇ ਨਿੱਜੀ ਮੁਫਾਦ ਲਈ ਜ਼ਿਆਦਾ ਕੁਛ ਕੀਤਾ, ਜਦਕਿ ਅਸਲੀਅਤ ਕੁਛ ਹੋ ਰਿਹਾ, ਦਹਿਸ਼ਤ ਇਹਨਾਂ ਨੇ ਜ਼ਿਆਦਾ ਫੈਲਾਈ। ਜੀ ਸੋਹਲ ਸਾਹਿਬ, ਬਿਲਕੁਲ ਠੀਕ ਕਿਹਾ ਤੁਸੀਂ, ਤੁਸੀਂ ਅਜੀਤ ਸਿੰਘ ਪੂਲੇ ਦਾ ਐਗਜ਼ਾਮਪਲ ਦਿੱਤਾ, ਔਰ ਅਜੀਤ ਸਿੰਘ ਪੂਲੇ ਦੇ ਖਿਲਾਫ਼ ਲੋਕ ਬਹੁਤ ਬੋਲਦੇ ਨਹੀਂ ਸੀ, ਬਹੁਤ ਹੀ ਡਰਦੇ ਸੀਗੇ, ਔਰ ਕਰਨਲ ਜੀ ਐਸ ਸੰਧੂ ਜਿਹੜੇ ਪਹੁ ਵਿੰਡਦੇ ਸੀ ਉਹਨਾਂ ਨੇ ਇਹਦੇ ਖਿਲਾਫ਼ ਆਵਾਜ਼ ਉਠਾਈ ਸੀ, ਉਹਦੇ ਕਰਕੇ ਅਖੀਰ ਜੇਲ੍ਹ 'ਚ ਗਿਆ, ਔਰ ਜੇਲ੍ਹ ਦੇ ਵਿੱਚ ਉਹਨੂੰ ਕੁਝ ਲੋਕਾਂ ਨੇ ਉੱਤੇ ਤੇਲ ਪਾ ਕੇ ਉਹਨੂੰ ਸਾੜਤਾ ਸੀਗਾ, ਉਹ ਕੇਸ ਚੱਲਿਆ, ਔਰ ਪਿੱਛੇ ਜੇ ਉਹ ਲੋਕ ਜਿਹਨਾਂ ਨੇ ਸਾੜਿਆ ਸੀਗਾ ਉਹ ਸ਼ਾਇਦ ਇਸ ਕੇਸ ਦੇ ਵਿੱਚ ਬਰੀ ਵੀ ਹੋ ਗਿਆ। ਇਹ ਸਭ ਕੁਝ ਇਸ ਕਰਕੇ ਹੋਇਆ ਕਿ ਲੋਕ ਉਸ ਬੰਦੇ ਤੋਂ ਬਹੁਤ ਤੰਗ ਸੀ, ਉਹਨੇ ਜਿਹੜੀ ਉਹਨੂੰ ਪਾਵਰ ਮਿਲੀ ਸੀ ਉਹਦਾ ਉਹਨੇ ਗੈਰ ਉਹਨੇ ਨਜਾਇਜ਼ ਤਰੀਕੇ ਨਾਲ ਉਹਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ, ਇਸ ਕਰਕੇ ਹੀ ਸ਼ਾਇਦ ਲੋਕਾਂ ਦੇ ਵਿੱਚ ਉਹਦੇ ਖਿਲਾਫ਼ ਬਹੁਤ ਜ਼ਿਆਦਾ ਰੋਸ ਸੀ। ਸੋਹਲ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਇਹ ਆਪਣਾ ਉਸ ਖੀਵਿੰਡ ਇਲਾਕੇ ਦਾ ਐਕਸਪੀਰੀਅੰਸ ਜਿਹੜਾ ਵਾ ਸ਼ੇਅਰ ਕੀਤਾ। ਵੈਸੇ ਅਜੀਤ ਸਿੰਘ ਪੂਲੇ ਦਾ ਦਬਦਬਾ ਜਿਹੜਾ ਸੀਗਾ ਉਹ ਸਿਰਫ ਭਿੱਖੀਵਿੰਡ 'ਚ ਨਹੀਂ ਸੀਗਾ, ਮੇਰੇ ਖਿਆਲ ਹੋਰ ਇਲਾਕਿਆਂ ਦੇ ਵਿੱਚ ਸੀ, ਚੰਡੀਗੜ੍ਹ ਤੱਕ ਵੀ ਉਸ ਬੰਦੇ ਦੀ ਪਹੁੰਚ ਸੀ। ਇੱਕ ਹੋਰ ਸਾਡੇ ਨਾਲ ਇਸ ਵੇਲੇ ਸ਼ਰੋਤਾ ਜਿਹੜੇ ਆ ਉਹ ਜੁੜੇ ਆ, ਦੇਖਦੇ ਹਾਂ ਉਹਨਾਂ ਦਾ ਕੀ ਪ੍ਰਸਤਾਵ ਆ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਕਮਲ, ਸਤਿ ਸ਼੍ਰੀ ਅਕਾਲ, ਮੈਂ ਜਸਵਿੰਦਰ ਬੋਲ ਰਿਹਾ ਨਿਊਯਾਰਕ ਤੋਂ। ਹਾਂਜੀ ਜਸਵਿੰਦਰ ਜੀ, ਸਵਾਗਤ ਹੈ, ਦੱਸੋ ਕੀ ਕਹਿਣਾ ਚਾਹੁੰਦੇ ਜੀ? ਮੈਂ ਕਹਿਣਾ ਇਹ ਚਾਹੁੰਦਾ ਕਿ ਜਿਹੜੀ ਅੱਤਵਾਦ ਨਾਲ ਨਜਿੱਠਣ ਦੀ ਜਿਹੜੀ ਆਪਾਂ ਇਹ ਸੋਚ ਸੋਚਦੇ ਹਾਂ ਕਿ ਅੱਤਵਾਦ ਦੇ ਤਰੀਕੇ ਨਾਲ ਹੀ ਨਜਿੱਠਿਆ ਜਾਵੇ, ਬਿਲਕੁਲ ਗਲਤ ਹੈ। ਜੇ ਆਪਾਂ ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਦੇਖਦੇ ਹਾਂ ਜੀ, ਤੇ ਉਹਨੇ ਜਿਵੇਂ ਵੀ ਜਿਹੜੀ ਸਪੋਰਟ ਉਹਨੂੰ ਅਮਰੀਕਾ ਤੋਂ ਮਿਲੀ ਉਹਨੂੰ ਗਲਤ ਇਸਤੇਮਾਲ ਕੀਤਾ ਇੰਡੀਆ ਦੇ ਖਿਲਾਫ਼ ਤੇ ਅਫਗਾਨਿਸਤਾਨ ਦੇ ਵਿੱਚ, ਆਪਾਂ ਸਾਰਿਆਂ ਨੂੰ ਪਤਾ ਇਸ ਗੱਲ ਦਾ। ਹਾਂਜੀ, ਤੇ ਉਹਦਾ ਰਿਜ਼ਲਟ ਇਹ ਹੋਇਆ ਕਿ ਉਹ ਆਪਣੇ ਆਪ ਹੀ ਘਿਰ ਗਿਆ ਉਸ ਟੈਰਰਿਜ਼ਮ ਦੇ ਵਿੱਚ, ਬਿਲਕੁਲ ਸਾਰਿਆਂ ਨੂੰ ਪਤਾ ਇਸ ਗੱਲ ਦਾ। ਹਾਂਜੀ ਬਿਲਕੁਲ, ਕਿਉਂਕਿ ਉਹਨੇ ਉਹ ਜਿਹੜਾ ਉਹ ਪੈਸਾ ਉਹ ਗਲਤ ਯੂਜ਼ ਕੀਤਾ, ਉਹਨੂੰ ਇੰਡੀਆ ਦੇ ਖਿਲਾਫ ਨਾ ਕਿ ਉਹਨੇ ਤਾਲਿਬਾਨ ਦੇ ਖਿਲਾਫ ਯੂਜ਼ ਕੀਤਾ। ਸੋ ਉਹ ਅੱਜ ਆਪਾਂ ਉਹਦੀ ਸਿਚੁਏਸ਼ਨ ਇਹ ਦੇਖਦੇ ਹਾਂ ਕਿ ਵਰਲਡ ਦੇ ਵਿੱਚ ਉਹਦਾ ਵਰਸਟ ਨੇਮ ਹੈਗਾ ਟੈਰਰਿਜ਼ਮ ਦੇ ਲਈ। ਸੋ ਇੱਕ ਹੋਰ ਗੱਲ ਕਹਿਣੀ ਚਾਹਾਂਗਾ ਜੀ, ਉਹ ਇਹ ਹੈ ਕਿ ਇਹ ਪਾਲਿਸੀ ਬਿਲਕੁਲ ਗਲਤ ਹੈ ਨੇਚਰ ਦੇ ਖਿਲਾਫ਼, ਤੇ ਜੇ ਇੰਡੀਆ ਇਹ ਕਹਿੰਦਾ ਕਿ ਮੈਂ ਟੈਰਰਿਜ਼ਮ ਦੇ ਖਿਲਾਫ਼ ਲੜਨਾ ਹੈ ਤੇ ਫਿਰ ਉਹਨੂੰ ਇਮਾਨਦਾਰੀ ਨਾਲ ਲੜਨਾ ਚਾਹੀਦਾ, ਨਾ ਕਿ ਗਲਤ ਪਾਲਿਸੀਜ਼ ਅਖਤਿਆਰ ਕਰਕੇ ਜਿਹੜੀਆਂ ਕਿ ਉਹਨੂੰ ਬਰਬਾਦ ਕਰਨ ਜਾਂ ਦੁਨੀਆ ਦੇ ਵਿੱਚ ਉਹਦਾ ਨਾਂ ਬਦਨਾਮ ਹੋਵੇ। ਜਸਵਿੰਦਰ ਜੀ ਦੇਖੋ, ਮਿਲੀਟੈਂਟਸ ਤੋਂ ਸੂਹ ਲੈਣੀ ਇਹ ਤਾਂ ਇੱਕ ਬੜੀ ਪੁਰਾਣੀ ਪਾਲਿਸੀ ਆ, ਇਹ ਇੱਕ ਨੈਚੁਰਲ ਸੁਭਾਵਿਕ ਚੀਜ਼ ਵੀ ਆ, ਲੇਕਿਨ ਮੈਂ ਜਿਵੇਂ ਅੱਗੇ ਕਿਹਾ ਕਿ ਇਹਨੂੰ ਪਾਲਿਸੀ ਦੇ ਤਹਿਤ ਇਹਨੂੰ ਵਰਤਣਾ, ਪਾਲਿਸੀ ਬਣਾਉਣੀ ਔਰ ਪਾਲਿਸੀ ਦੇ ਤਹਿਤ ਵਰਤਣਾ ਉਹ ਗਲਤ ਆ, ਔਰ ਜਿਹਨੇ ਲੋਕਾਂ ਨੇ ਵੀ ਇਹਨੂੰ ਵਰਤਿਆ ਵਾ ਉਹਦਾ ਨੁਕਸਾਨ ਹੀ ਹੋਇਆ। ਆਪਣੇ ਇੱਥੇ ਪੰਜਾਬ ਦੇ ਵਿੱਚ ਕੈਟਸ ਹਾਲੀ ਵੀ, ਕੈਟਸ ਦੀ ਜਿਹੜੀ ਗੱਲਬਾਤ ਆ ਇਹ ਹੁਣ ਵੀ ਸੁਣਦੇ ਰਹੀਦਾ ਵਾ,
ਇਨਫੈਕਟ ਆ ਜਿਹੜੇ ਉਹ ਦਿਨ ਕੁਝ ਪਿਛਲੇ ਹਫਤੇ ਹੀ ਗੁਰਮੀਤ ਸਿੰਘ ਪਿੰਕੀ ਦਾ ਕੇਸ ਜਿਹੜਾ ਸਾਹਮਣੇ ਆਇਆ ਵਾ। ਵੈਸੇ ਗੁਰਮੀਤ ਸਿੰਘ ਪਿੰਕੀ ਤੇ ਇਤਰਾਜ਼ ਕਰ ਰਿਹਾ ਵੀ ਉਹ ਕਦੀ ਵੀ ਕੈਟ ਨਹੀਂ ਸਨ, ਲੇਕਿਨ ਆਮ ਇੱਕ ਮੰਨਿਆ ਜਾਂਦਾ ਵਾ ਕਿ ਉਹ ਇਸ ਪੁਰਾਣੇ ਬੱਬਰ ਖਾਲਸਾ ਦੇ ਨਾਲ ਉਹ ਇਨਵੋਲਵ ਰਹੇ ਆ ਔਰ ਬਾਅਦ ਦੇ ਵਿੱਚ ਉਹਨਾਂ ਨੂੰ ਕੈਟ ਇਸਤੇਮਾਲ ਕੀਤਾ ਗਿਆ ਸੀ। ਇਸੇ ਤਰ੍ਹਾਂ ਹੀ ਜੇ ਐਂਡ ਕੇ ਦੇ ਜਖਵਾਨੀ ਸਾਲਮ ਜੂਦਮ ਛੱਤੀਸਗੜ੍ਹ ਏਰੀਆ ਦੇ ਵਿੱਚ, ਔਰ ਜਿਵੇਂ ਤੁਸੀਂ ਆਪੇ ਦੱਸਿਆ ਵਾ ਵੀ ਪਾਕਿਸਤਾਨ ਨੇ ਵੀ ਇਸ ਚੀਜ਼ ਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ, ਸਿਰਫ ਪਾਕਿਸਤਾਨ ਨਹੀਂ ਅਮੈਰੀਕਾ ਨੇ ਵੀ ਇਸ ਕੰਮ ਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ। ਆਪਾਂ ਨੂੰ ਪਤਾ ਹੀ ਆ ਵੀ ਅਫਗਾਨਿਸਤਾਨ ਦੇ ਵਿੱਚ ਅਮੈਰੀਕਾ ਨੇ ਕਿਵੇਂ ਇੱਕ ਸੈੱਟ ਆਫ ਮਿਲੀਟੈਂਟਸ ਨੂੰ ਹਥਿਆਰਬੰਦ ਬਣਾਇਆ ਔਰ ਉਹ ਬਾਅਦ 'ਚ ਹਥਿਆਰ ਜਿਹੜੇ ਆ ਉਹ ਅਮੈਰੀਕਾ ਦੇ ਖਿਲਾਫ, ਪਾਕਿਸਤਾਨ ਦੇ ਖਿਲਾਫ ਔਰ ਸਾਡੇ ਇੰਡੀਆ ਦੇ ਖਿਲਾਫ ਵੀ ਵਰਤੇ ਜਾਣ ਲੱਗ ਪਏ। ਇਸੇ ਤਰ੍ਹਾਂ ਹੀ ਇਰਾਕ ਦੇ ਵਿੱਚ ਵੀ ਇਹੋ ਜਿਹਾ ਕੰਮ ਹੀ ਹੋਇਆ ਸੀ। ਕੁਝ ਲੋਕ ਤਾਂ ਇਹ ਵੀ ਕਹਿੰਦੇ ਆ ਵੀ ਜਿਹੜੀ ਇਸਲਾਮਿਕ ਸਟੇਟ IS ਜਿਹੜੇ ਮਿਲੀਟੈਂਟਸ ਆ ਉਹਨਾਂ ਨੂੰ ਵੀ ਕਿਸੇ ਵੇਲੇ ਹਥਿਆਰਬੰਦ ਸਰਕਾਰਾਂ ਨੇ ਹੀ ਕੀਤਾ ਸੀ, ਉਹੀ ਹੁਣ ਹਥਿਆਰਬੰਦ ਜਿਹੜੀ ਫੌਜ ਆ ਜਥੇਬੰਦੀ ਆ ਉਹ ਸਰਕਾਰਾਂ ਦੇ ਉਹਨਾਂ ਹੀ ਸਰਕਾਰਾਂ ਦੇ ਖਿਲਾਫ ਹੋ ਗਈ। ਇੱਥੇ ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਸੀਂ ਇਹ ਮਸਲਾ ਕਿ ਕੀ ਮਿਲੀਟੈਂਟਸ ਦੀ ਮਦਦ ਲੈਣਾ ਮਿਲੀਟੈਂਸੀ ਨੂੰ ਖਤਮ ਕਰਨ ਵਾਸਤੇ ਸਹੀ ਹੈ ਜਾਂ ਗਲਤ, ਇਹ ਅਸੀਂ ਮਸਲਾ ਇਸੇ ਤਰ੍ਹਾਂ ਹੀ ਵਿਚਾਰਦੇ ਰਹਾਂਗੇ। ਪਰ ਬ੍ਰੇਕ ਤੋਂ ਬਾਅਦ, ਬ੍ਰੇਕ ਤੋਂ ਬਾਅਦ ਤੁਹਾਡਾ ਹੈਲੋ ਗਲੋਬਲ ਪੰਜਾਬ ਸ਼ੋਅ ਦੇ ਵਿੱਚ ਸਵਾਗਤ ਹੈ। ਅਸੀਂ ਅੱਜ ਗੱਲ ਕਰ ਰਹੇ ਹਾਂ ਕਿ ਕੀ ਮਿਲੀਟੈਂਸੀ ਨੂੰ ਖਤਮ ਕਰਨ ਵਾਸਤੇ ਮਿਲੀਟੈਂਟਸ ਦਾ ਇਸਤੇਮਾਲ ਕਰਨਾ ਸਹੀ ਹੈ ਜਾਂ ਗਲਤ। ਜਿਵੇਂ ਤੁਹਾਨੂੰ ਪਤਾ ਹੀ ਆ ਕਿ ਕੁਝ ਦਿਨ ਪਹਿਲਾਂ ਰੱਖਿਆ ਮੰਤਰੀ ਮਨੋਹਰ ਪਾਰਿਕਰ ਨੇ ਇਸ ਬਾਰੇ ਇੱਕ ਬਿਆਨ ਦਿੱਤਾ ਸੀਗਾ, ਜਿਹਦੀ ਕੁਛ ਹਲਕਿਆਂ ਦੇ ਵਿੱਚ ਹਮਾਇਤ ਵੀ ਹੋਈ ਹੈ ਅਤੇ ਬਹੁਤੇ ਹਲਕਿਆਂ ਦੇ ਵਿੱਚ ਉਹਦੀ ਨਿਖੇਧੀ ਹੋਈ ਆ। ਇਹ ਮਸਲਾ ਅਸੀਂ ਅੱਜ ਵਿਚਾਰ ਰਹੇ ਹਾਂ, ਸਾਡੇ ਨਾਲ ਕੁਝ ਸਾਡੇ ਸੱਜਣ ਜੁੜੇ ਆ, ਉਹਨਾਂ ਦਾ ਵੀ ਦ੍ਰਿਸ਼ਟੀਕੋਣ ਇਸ ਮਸਲੇ 'ਤੇ ਸੁਣਦੇ ਹਾਂ। ਹੈਲੋ, ਹਾਂਜੀ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮਾਫ਼ ਕਰਨਾ ਮੈਂ ਤੁਹਾਨੂੰ ਕਾਫ਼ੀ ਦੇਰ ਤੋਂ ਹੋਲਡ ਕਰਾ ਰਿਹਾ ਵਾਂ। ਕੋਈ ਨਹੀਂ ਜੀ, ਮੈਂ ਬਲ ਬੋਲਦਾ ਜੀ ਇੰਡੀਆਨਾ ਅਮੈਰੀਕਾ ਤੋਂ। ਹਾਂਜੀ ਹਾਂਜੀ, ਦੱਸੋ ਕੀ ਕਹਿਣਾ ਚਾਹੁੰਦੇ ਜੀ। ਸੰਧੂ ਸਾਹਿਬ, ਤੁਸੀਂ ਸਵਾਲ ਬਹੁਤ ਵਧੀਆ ਲਿਆਉਂਦੇ ਜੀ, ਜਿਹੜਾ ਤੋਂ ਆਪਦੇ ਮਸਲੇ 'ਤੇ ਅੱਜ ਲਿਆਂਦਾ ਜੀ। ਪਿਛਲੇ ਸਮੇਂ ਵਿੱਚ ਤੁਹਾਨੂੰ ਵੀ ਪਤਾ, ਤੁਸੀਂ ਦੇਖਿਆ ਜਸਵੰਤ ਸਿੰਘ ਖਾਲੜੇ ਦਾ ਕੇਸ ਸੀ, ਜਿੰਨਾ ਵੀ ਕੋਰਟ ਵਿੱਚ ਸਜ਼ਾਵਾਂ ਵੀ ਹੋਈਆਂ ਪੁਲਿਸ ਵਾਲਿਆਂ ਨੂੰ ਜੀ, ਜਿਹਨੇ ਵੀ ਅੱਤਵਾਦ 'ਤੇ ਕੰਮ ਕੀਤਾ। ਇਹ ਸੰਵਿਧਾਨ ਦੇ ਮੁਤਾਬਕ ਜਿਹਨਾਂ ਨੂੰ ਅੱਤਵਾਦ ਦੇ ਦੌਰਾਨ ਜਾਇਜ਼ਤੀਆਂ ਕੀਤੀਆਂ, ਕਤਲੇਆਮ ਕੀਤਾ ਜੀ, ਕੋਰਟ ਨੇ ਸਜ਼ਾਵਾਂ ਦੇ ਦਿੱਤੀਆਂ ਉਹਨਾਂ ਨੂੰ, ਉਹ ਜੇਲ੍ਹਾਂ 'ਚ ਚਲੇ ਗਏ ਜੀ। ਭਾਵੇਂ ਮੀਡੀਆ 'ਚ ਤੁਸੀਂ ਆਵਾਜ਼ ਚੁੱਕਦੇ ਰਹੇ ਹੋ, ਬਾਹਰ ਛੁੱਟੀਆਂ 'ਤੇ ਵੀ ਆਉਂਦੇ ਰਹੇ ਜੀ, ਉਹਨਾਂ ਸਾਰਿਆਂ ਦੇ ਬੱਚੇ, ਜੇ ਕੋਈ DSPO ਦਾ ਸਬ ਇੰਸਪੈਕਟਰ ਲੈ ਲਿਆ, ਜੇ ਕੋਈ DIGO ਦਾ ਇੰਸਪੈਕਟਰ ਲੈ ਲਿਆ ਬੱਚਾ, ਇਹ ਕਿਹੜਾ ਸੰਵਿਧਾਨ ਆ ਵੀ ਕੋਰਟ ਸਜ਼ਾਵਾਂ ਦਿੰਦੀ ਤੇ ਉਹਨਾਂ ਦੇ ਬੱਚਿਆਂ ਨੂੰ ਨੌਕਰੀ ਤੇ ਲੈ ਲਿਆ ਜਾਵੇ? ਇਹਦੇ ਬਾਰੇ ਥੋੜਾ ਜਿਹਾ ਵਿਸਥਾਰ ਨਾਲ ਦੱਸਿਓ। ਨਹੀਂ, ਜਿਹੜੇ ਮਤਲਬ ਕੋਈ ਪੁਲਿਸ ਅਫਸਰ ਜੇ ਮਰ ਜਾਂਦਾ ਵਾ, ਮਾਰਿਆ ਜਾਂਦਾ ਵਾ, ਇਨਫੈਕਟ ਮਿਲੀਟੈਂਸੀ ਨਾਲ ਡੀਲ ਕਰਦਾ, ਤੇ ਉਹਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾ ਸਕਦੀ ਹੈ? ਤੁਸੀਂ ਇਹਦੇ ਤੇ ਇਤਰਾਜ਼ ਕਰ ਰਹੇ ਜੇ? ਨਹੀਂ ਜੀ, ਨਹੀਂ, ਜਿਹੜਿਆਂ ਨੂੰ ਸਜ਼ਾਵਾਂ ਦਿੱਤੀਆਂ ਅਦਾਲਤ 'ਚ, ਅਦਾਲਤ ਨੇ। ਦੇਖੋ ਜੀ, ਇਸ ਤਰ੍ਹਾਂ ਵਾ ਵੀ ਜਿਹੜੇ ਪੁਲਿਸ ਅਫਸਰ ਜਿਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਵਾ, ਜਾਂ ਕੋਈ SPO ਜਿਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਵਾ, ਉਹਨਾਂ ਦਾ ਕਿਸੇ ਪਰਿਵਾਰ ਦੇ ਮੈਂਬਰ ਨੂੰ ਇਸ ਆਧਾਰ 'ਤੇ ਨਹੀਂ ਨੌਕਰੀ ਦੇ ਸਕਦੀ ਵੀ ਉਹਨੇ ਕੋਈ ਕੰਟਰੀਬਿਊਟ ਕੀਤਾ ਸੀ ਜਾਂ ਉਹਨੇ ਮਦਦ ਕੀਤੀ ਸੀ। ਜੇ ਕੋਈ ਉਸ ਤੋਂ ਇਲਾਵਾ ਜੋ ਕੋਈ ਆਪਣੇ ਬਲਬੂਤੇ 'ਤੇ ਭਰਤੀ ਹੋ ਸਕਦਾ ਵਾ, ਤਾਂ ਉਹਦੇ 'ਚ ਕੋਈ ਇਤਰਾਜ਼ ਨਹੀਂ। ਆਫਟਰ ਆਲ 18 ਸਾਲ ਤੋਂ ਵੱਧ ਹਰ ਬੰਦਾ ਜਿਹੜਾ ਵਾ ਇੱਕ ਇੰਡੀਵਿਜੁਅਲ ਹੁੰਦਾ ਵਾ, ਉਹ ਉਸ ਤੋਂ ਬਾਅਦ ਜੇ ਟੈਸਟ ਪਾਸ ਕਰਕੇ ਜਾਂ ਜੋ ਵੀ ਸਿਸਟਮ ਆ ਉਹਦੇ ਤਹਿਤ ਉਹਨੂੰ ਨੌਕਰੀ ਮਿਲ ਸਕਦੀ ਆ। ਪਰ ਸਿਰਫ ਇਸ ਆਧਾਰ 'ਤੇ ਵੀ ਇਸ ਬੰਦੇ ਨੇ ਸਾਡੀ ਬੜੀ ਮਦਦ ਕੀਤੀ ਔਰ ਇਸ ਕਰਕੇ ਉਹਨੂੰ ਨੌਕਰੀ, ਔਰ ਜੋ ਮਦਦ ਇਹੋ ਜਿਹੀ ਕੀਤੀ ਜਿਹੜੀ ਗੈਰ ਕਾਨੂੰਨੀ ਸੀ, ਇਸ ਕਰਕੇ ਉਹਨੂੰ ਨੌਕਰੀ ਦੇਣੀ ਚਾਹੀਦੀ ਆ। ਇਹ ਬਿਲਕੁਲ ਬਿਲਕੁਲ ਗਲਤ ਆ ਔਰ ਇਹ ਨਹੀਂ ਹੋਣਾ ਚਾਹੀਦਾ। ਇੱਕ ਹੋਰ ਸੱਜਣ ਸਾਡੇ ਨਾਲ ਨੇ ਔਰ ਉਹਨਾਂ ਦਾ ਵੀ ਵਿਚਾਰ ਸਾਂਝਾ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੁਲਵੰਤ ਸਿੰਘ ਬੈਰੀ ਲੈਣ ਤੋਂ। ਹਾਂਜੀ ਹਾਂਜੀ, ਕੁਲਵੰਤ ਸਿੰਘ ਜੀ, ਕੀ ਹਾਲ ਹੈ? ਬੜੇ ਦਿਨਾਂ ਬਾਅਦ ਕਾਲ ਕਰ ਰਹੇ ਤੁਸੀਂ। ਹਾਂਜੀ ਹਾਂਜੀ, ਦਿਨਾਂ ਬਾਅਦ ਹੀ ਕੀਤੀ ਅੱਜ। ਅੱਛਾ, ਇਹ ਮਸਲਾ ਬੜਾ ਵਧੀਆ ਤੁਸਾਂ ਭਈ ਮਿਲੀਟੈਂਸੀ ਨੂੰ ਮਿਲੀਟੈਂਸ ਰਾਹੀਂ ਉਹਦਾ ਲੱਕ ਤੋੜਨਾ ਜੀ, ਇਹ ਕੋਈ ਬੜੀ ਚੰਗੀ ਰਵਾਇਤ ਨਹੀਂ ਗੀ, ਕਿਉਂਕਿ ਇਹਦੇ ਬਹੁਤੇ ਰਿਜ਼ਲਟ ਜਿਹੜੇ ਨੇ ਬੈਕ ਜਾ ਕੇ ਤੁਸਾਂ ਦੱਸ ਹੀ ਦਿੱਤੇ ਨੇ ਜੀ। ਕਿਉਂਕਿ ਅਸੀਂ ਵੇਖਿਆ, ਬਾਰਡਰ ਤੇ ਰਹਿਣ ਵਾਲੇ ਆ ਗੁਰਦਾਸਪੁਰ, ਸਾਡੇ ਇਲਾਕੇ ਚੋਂ ਬਾਰਡਰ ਨੇੜੇ ਹੋਣ ਕਰਕੇ ਹਰ ਪਿੰਡ ਚ 2-4-10 ਅੱਤਵਾਦੀ ਸਨ ਜੀ। ਉਹਨਾਂ ਨੂੰ ਕੁਝ ਤੇ ਪੁਲਿਸ ਨੇ ਨੇੜ ਕਰਕੇ ਉਹਨਾਂ ਨਾਲ ਉਹਨਾਂ ਨੂੰ ਅਸਲਾ ਦੇ ਦਿੱਤਾ,
ਤੇ ਖੁੱਲੀ ਛੁੱਟੀ ਦੇ ਦਿੱਤੀ ਵੀ ਤੁਸੀਂ ਲੁੱਟ ਖੋਹ ਵੀ ਕਰੋ ਤੇ ਸਾਨੂੰ ਪੈਸੇ ਵੀ ਦਿਓ ਤੇ ਕੁਝ ਨਾਮੀ ਬੰਦੇ ਜਿਹੜੇ ਨੇ ਉਹਨਾਂ ਨਾਲ ਨੇੜਤਾ ਕਰਕੇ ਜਾਂ ਉਹਨਾਂ ਨੂੰ ਮਾਰ ਦਿਓ ਜਾਂ ਸਾਨੂੰ ਫੜਾ ਦਿਓ ਜੀ। ਇਹ ਸਾਡੇ ਬਿਲਕੁਲ ਤਜਰਬੇ ਦੀ ਗੱਲ ਆ ਕਿਉਂਕਿ ਮੇਰੇ ਤੇ ਵੀ ਉਸ ਵੇਲੇ ਅੱਤਵਾਦੀ ਹਮਲਾ ਹੋਇਆ ਸੀ ਜੀ। ਮੈਂ ਬੇਨਤੀ ਕਰਾਂ ਉਹਨਾਂ ਲੋਕਾਂ ਦੇ ਬਾਰੇ ਵਿੱਚ ਜਦੋਂ ਇੱਕ ਭੱਠੇ ਤੇ ਲੁੱਟਣ ਗਏ, ਪਿੰਡ ਦੇ ਭੱਠੇ ਤੇ ਲੁੱਟਣ ਗਏ ਪਿੰਡ ਦੇ ਮੁੰਡੇ, ਤੇ ਉੱਥੇ ਉਹਨਾਂ ਦਾ ਪਿਸਤੌਲ ਡਿੱਗ ਪਿਆ। ਉਹ ਭੱਠੇ ਵਾਲਿਆਂ ਨੇ ਫੜ ਲਿਆ ਰਲ ਕੇ ਤੇ ਉਹ ਪੁਲਿਸ ਨੂੰ ਸੱਦਿਆ ਤੇ ਪੁਲਿਸ ਦਾ DSP ਤੁਸੀਂ ਨਾ ਲੈਣ ਤੋਂ ਪਰਹੇਜ਼ ਕਰਦੇ ਹੁੰਦੇ ਹੋ, ਮੈਂ ਚਲੋ ਕਰ ਜਾਂਦਾ ਅੱਜ। ਜਦੋਂ ਉਹਨੂੰ ਸੱਦਿਆ ਗਿਆ ਵੀ ਆਹ ਵਾ ਤੇ ਇਹ ਆਉਂਦੇ ਨੇ ਵੀ ਇਹ ਸਰਕਾਰੀ ਅਸਲਾ ਵਾ, ਉਹਨੇ ਕਿਹਾ ਵੀ ਇਹਨੂੰ ਛੱਡ ਦਿਓ, ਇਹਨੇ ਤੁਹਾਡਾ ਨੁਕਸਾਨ ਤੇ ਨਹੀਂ ਕੋ ਕੀਤਾ। ਜਦੋਂ ਇਹ ਮਸਲਾ ਦੋ ਚਾਰ ਦਿਨ ਬਾਅਦ ਮੈਂ ਡਿਪਟੀ ਅੱਗੇ ਚੁੱਕਿਆ ਤੇ DSP ਆਂਦਾ ਨਹੀਂ ਅਸੀਂ ਉਹਨਾਂ ਨੂੰ ਕਹਿ ਦਿਆਂਗੇ ਵੀ ਇਹ ਸਰਪੰਚ ਦੇ ਗੱਲ ਨਾ ਪਿਓ। ਮੈਂ ਬੜੇ ਬੁਰੇ ਸ਼ਬਦਾਂ ਵਿੱਚ ਡਿਪਟੀ ਨੂੰ ਇਹ ਗੱਲ ਕਹੀ, ਡਿਪਟੀ ਸਾਹਿਬ ਇਹਦਾ ਮਤਲਬ ਵੀ ਤੁਸੀਂ ਹਿੱਸਾ ਵੀ ਲੈਂਦੇ ਹੋ ਤੇ ਤੁਸੀਂ ਦੂਜੇ ਪੈਸੇ ਵੀ ਲੈਂਦੇ ਹੋ, ਕਿਉਂਕਿ ਸਾਫ ਗੱਲ ਸੀ ਵੀ ਕਿਸੇ ਨੂੰ ਵੀ ਮਾਰ ਦਿਓ ਤੇ 1,000 ਰੁਪਈਆ ਉਹਨੂੰ ਦੇ ਦਿੰਦਾ, ਅੱਤਵਾਦੀ ਨੂੰ ਮਾਰਦੇ 1,000 ਰੁਪਈਆ ਦੇ ਦਿੰਦੇ ਸੀ ਉਹਨੂੰ। ਮੇਰਾ ਕਹਿਣ ਦਾ ਮਤਲਬ ਉਹਨਾਂ ਲੋਕਾਂ ਵੱਡੀਆਂ ਜਾਇਦਾਦਾਂ ਬਣਾ ਲਈਆਂ ਜਿਹਨਾਂ ਦਾ ਸਰਕਾਰੀ ਅਸਲਾ ਲਾਇਆ, ਜਿਹਨਾਂ ਨੂੰ ਪੁਲਿਸ ਦਾ ਵੀ ਕੋਈ ਡਰ ਨਾ ਤੇ ਅੱਤਵਾਦੀਆਂ ਦੇ ਨਾਂ ਤੇ ਉਹ ਇਹ ਪੈਸਾ ਕਮਾਇਆ। ਇਹਦੂ ਨੈਕਸਟ ਜੇ ਇਸ ਬੰਨੇ ਚੱਲ ਜਾਈਏ, ਤੁਸੀਂ ਗੱਲ ਕੀਤੀ ਅਫਗਾਨਿਸਤਾਨ ਤੇ ਪਾਕਿਸਤਾਨ ਦੀ, ਬੜਾ ਵਧੀਆ ਉਹ ਵੀ 90 ਦੇ ਦਹਾਕੇ ਵਿੱਚ ਰਸ਼ੀਆ ਦੀ ਮਦਦ ਨਾਲ ਡਾਕਟਰ ਨਜੀਬ ਉੱਲਾ ਸਰਕਾਰ ਚਲਾ ਰਿਹਾ ਸੀ ਜੀ, ਤੇ ਉਹ ਬਰਦਾਸ਼ਤ ਨਹੀਂ ਸੀ ਹੁੰਦੀ ਸਰਮਾਏਦਾਰ ਮੁਲਕਾਂ ਕੋਲੋਂ, ਅਸੀਂ ਹੁਣ ਉੱਥੇ ਬੈਠੇ ਹਾਂ। ਮੇਰਾ ਕਹਿਣ ਦਾ ਮਤਲਬ ਵੀ ਤਾਲਿਬਾਨ ਬਾਰਡਰ ਤੇ ਪਾਲੇ, ਕਿਹਦੀ ਸਹਿ ਨਾ ਪਲੇ, ਉਹਨਾਂ ਨਜੀਬ ਉੱਲੇ ਤੇ ਨਜੀਬ ਉੱਲਾ ਨੂੰ ਕਾਬੂ ਕਰਕੇ ਕਾਬਰ ਵਿੱਚ 3 ਦਿਨ ਵਲੇ ਤੇ ਟੰਗ ਛੱਡਿਆ ਬਿਜਲੀ ਦੇ ਤੇ। ਬਿਲਕੁਲ ਬਿਲਕੁਲ, ਅਖੀਰ ਗੱਲ ਜਦੋਂ ਉਹਨਾਂ ਦੇ ਪਏ ਨੇ, ਅਖੀਰ ਆਪੋ ਵਿੱਚ ਫੇਰ ਇਹ ਪਾਕਿਸਤਾਨੀਆਂ ਨੇ ਉਹਨਾਂ ਦੇ। ਬਿਲਕੁਲ ਬਿਲਕੁਲ ਬਿਲਕੁਲ, ਕੁਲਵੰਤ ਸਿੰਘ ਜੀ ਸਹੀ ਤੁਸੀਂ ਕਿਹਾ ਕਿ ਇਹ ਚੀਜ਼ ਤੁਹਾਡੇ ਆਪਣੇ ਗੱਲ ਪੈ ਜਾਂਦੀ ਆ, ਔਰ ਇਹ ਪੰਜਾਬ ਦੇ ਵਿੱਚ ਤੁਸੀਂ ਆਪ ਬਹੁਤ ਵਧੀਆ ਐਗਜ਼ਾਮਪਲ ਦਿੱਤਾ ਵੀ ਕਿਵੇਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕੁਝ ਜਿਹੜੇ ਪੁਰਾਣੇ ਅੱਤਵਾਦੀ ਸੀਗੇ ਜਾਂ ਇੱਕ ਜਿਹੜੇ ਕੈਟ ਕ੍ਰੀਏਟ ਕੀਤੇ ਸੀ ਜਾਂ SPO ਕ੍ਰੀਏਟ ਕੀਤੇ ਸੀ, ਕਿਵੇਂ ਉਹ ਆਪ ਹੀ ਜਿਹੜੀਆਂ ਅੱਤਵਾਦੀਆਂ ਹਰਕਤਾਂ ਕਰਦੇ ਸੀਗੇ, ਜੇ ਫੜੇ ਜਾਂਦੇ ਸੀਗੇ ਤਾਂ ਉਦੋਂ ਪੁਲਿਸ ਵਾਲੇ ਕਹਿੰਦੇ ਸੀ ਇਹ ਸਾਡੇ ਬੰਦੇ, ਇਹਨਾਂ ਨੂੰ ਛੱਡ ਦਿਓ। ਸੋ ਇੱਕ ਤਰੀਕੇ ਨਾਲ ਇਹ ਭੰਬਲ ਭੂਸੇ ਦੇ ਵਿੱਚ ਲੋਕਾਂ ਨੂੰ ਪਾਉਣ ਦਾ ਇੱਕ ਇਹ ਜ਼ਰੀਆ ਸੀਗਾ ਵੀ ਮਿਲੀਟੈਂਸੀ ਜਿਹੜੀ ਆ ਇਹ ਤੁਹਾਨੂੰ ਲੋਕ ਤੰਗ ਕਰਦੇ, ਔਰ ਬਹੁਤ ਸਾਰੇ ਮਿਲੀਟੈਂਟਸ ਜਿਹੜੇ ਆ ਜਾਂ ਜਿਹੜੇ ਅੱਤਵਾਦੀ ਸੀਗੇ ਉਹਨਾਂ ਨੂੰ ਸਰਕਾਰੀ ਸ਼ਹਿ ਸੀਗੀ। ਸੋ ਇੱਕ ਤਰੀਕੇ ਨਾਲ ਇਹ ਪੋਲਿਸੀ ਜਿਹੜੀ ਸੀਗੀ ਇਹ ਮੇਰਾ ਖਿਆਲ ਆ ਇੱਕ ਸਮਾਜ ਦੇ ਵਿੱਚ ਆਪ ਮਾਰੂ ਪੋਲਿਸੀ ਸੀਗੀ, ਔਰ ਇਹਨੂੰ ਇਸਤੇਮਾਲ ਨਹੀਂ ਕਰਨਾ ਚਾਹੀਦਾ। ਜੇ ਤੁਸੀਂ ਇਸਤੇਮਾਲ ਕਰਦੇ ਤੁਹਾਨੂੰ ਆਪ ਨੂੰ ਹੀ ਇਹਦਾ ਨੁਕਸਾਨ ਹੁੰਦਾ ਵਾ, ਔਰ ਕਈ ਐਗਜ਼ਾਮਪਲ ਆਪਾਂ ਸਾਰੇ ਡਿਸਕਸ ਕਰ ਹੀ ਰਹੇ ਹਾਂ। ਕੁਲਵੰਤ ਸਿੰਘ ਜੀ ਬਹੁਤ ਬਹੁਤ ਧੰਨਵਾਦ, ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਆ। ਹੈਲੋ, ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਫਤਿਹ ਜੀ, ਕੌਣ ਬੋਲ ਰਹੇ? ਮੈਂ ਤੇਜਪ੍ਰੀਤ ਕੌਰ ਬੋਲ ਰਹੀ ਹਾਂ। ਹਾਂਜੀ ਹਾਂਜੀ ਤੇਜਪ੍ਰੀਤ, ਬੜੇ ਦਿਨਾਂ ਬਾਅਦ ਕਾਲ ਕੀਤਾ ਤੁਸੀਂ। ਅੱਜ ਮੈਂ ਐਗਜ਼ਾਮ ਦੀ ਤਿਆਰੀ ਕਰ ਰਹੀ ਸੀ। ਓਕੇ ਓਕੇ, ਐਗਜ਼ਾਮ ਠੀਕ ਹੋ ਗਏ? ਹਾਂਜੀ ਅੰਕਲ ਜੀ, ਹੁਣ ਸਾਡੇ ਹੁਣ ਫਾਈਨਲਸ ਹੋਣਗੇ ਬਾਅਦ ਵਿੱਚੋਂ। ਓਕੇ, ਹਾਂਜੀ ਤੇਜਪ੍ਰੀਤ ਕੀ ਕਹਿਣਾ ਚਾਹੁੰਦੇ ਜੀ? ਮੈਂ ਤਾਂ ਇੰਨੀ ਗੱਲ ਕਹਿਣਾ ਸੀਗੀ ਅੰਕਲ ਜੀ, ਕਿਹੜਾ ਆਪਣਾ ਬਲੂ ਸਟਾਰ ਆਪਰੇਸ਼ਨ ਬਲੂ ਸਟਾਰ ਸੀਗੀ, ਉਹਦੇ 'ਚ ਕਿਹੜੇ ਮਿਲੀਟੈਂਟ ਸੀਗੇ? ਮੈਂ ਬਹੁਤ ਸੋਰਸਿਸ ਵੀ ਆਰਟੀਕਲਸ ਰੀਡ ਕੀਤੇ ਆ, ਉਹਦੇ 'ਚ ਕੁਛ ਕੋਈ ਕਹਿੰਦੇ ਆ ਕਿ ਜਿਹੜੇ ਸੰਤ ਭਿੰਡਰਾ ਵਾਲੇ ਸੀਗੇ ਉਹ ਟੈਰਰਿਸਟ ਸੀਗੇ, ਤੇ ਕੋਈ ਕਹਿੰਦੇ ਆ ਵੀ ਕਿਹੜੇ ਆਪਣੀ ਇੰਡੀਆ ਇੰਡੀਅਨ ਆਰਮੀ ਆ ਉਹ ਟੈਰਰਿਜ਼ਮ ਕਰ ਰਹੇ ਸੀ ਕਿਉਂਕਿ ਉਹਨਾਂ ਨੇ ਆਪਣੇ ਗੋਲਡਨ ਟੈਂਪਲ 'ਤੇ ਹਮਲਾ ਕੀਤਾ। ਆਪਣਾ ਨਜ਼ਰੀਆ ਵਾ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਭਾਰਤ ਸਰਕਾਰ ਦੀ ਨਜ਼ਰਾਂ ਦੇ ਵਿੱਚ ਜੋ ਉਸ ਵੇਲੇ ਹੋ ਰਿਹਾ ਸੀ ਉਹ ਇੱਕ ਅੱਤਵਾਦੀ ਕਾਰਵਾਈ ਸੀ, ਔਰ ਇਸੇ ਕਰਕੇ ਉਸ ਅੱਤਵਾਦੀ ਕਾਰਵਾਈ ਨੂੰ ਖਤਮ ਕਰਨ ਵਾਸਤੇ ਉਹਨਾਂ ਨੇ ਆਪਰੇਸ਼ਨ ਬਲੂ ਸਟਾਰ ਕੀਤਾ। ਲੇਕਿਨ ਦੂਸਰੇ ਪਾਸੇ ਇੱਕ ਫੀਲਿੰਗ ਇਹ ਸੀਗੀ ਕਿ ਉਹ ਇੱਕ ਆਈਡੀਓਲੋਜੀ ਪ੍ਰਤੀ ਅੰਦਰ ਲੜਾਈ ਕਰ ਰਹੇ ਸੀਗੇ, ਇੱਕ ਉਹਨਾਂ ਨੇ ਇੱਕ ਮੁਹਿੰਮ ਛੇੜੀ ਹੋਈ ਸੀਗੀ, ਇੱਕ ਕੈਂਪੇਨ ਛੇੜੀ ਹੋਈ ਸੀ, ਉਹਦੀ ਇੱਕ ਆਈਡੀਓਲੋਜੀ ਸੀ, ਔਰ ਉਸ ਆਈਡੀਓਲੋਜੀ ਦੇ ਪ੍ਰਤੀ ਉਹ ਸਹੀ ਸਨ। ਸੋ ਇਸ ਕਰਕੇ ਇਹ ਇਨਫੈਕਟ ਕੌਣ ਸਹੀ ਸੀ ਕੌਣ ਗਲਤ ਆ ਇਹਦੇ ਬਾਰੇ ਜੋ ਤੁਹਾਡਾ ਆਪਣਾ ਨਜ਼ਰੀਆ ਵਾ ਉਸ ਮੁਤਾਬਿਕ ਸਹੀ ਜਾਂ ਗਲਤ ਹੁੰਦਾ ਵਾ। ਸੋ ਇਸ ਕਰਕੇ ਇਹਦੇ ਬਾਰੇ ਇਹ ਕਹਿਣਾ ਕਿ ਇਨਫੈਕਟ ਬਹੁਤੇ ਲੋਕ ਤਾਂ ਇਹ ਫੀਲ ਕਰਦੇ ਆ
ਔਰ ਮੈਂ ਵੀ ਉਹਨਾਂ ਦੇ ਵਿੱਚ ਸ਼ਾਮਿਲ ਹਾਂ ਕਿ ਜਿਹੜੀ ਇਹ ਆਪਰੇਸ਼ਨ ਬਲੂ ਸਟਾਰ ਦੀ ਜਿਹੜੀ ਕਾਰਵਾਈ ਸੀ ਇਹ ਗਲਤ ਸੀ, ਇਹਦਾ ਬਹੁਤ ਨੁਕਸਾਨ ਹੋਇਆ। ਇਨਫੈਕਟ ਇਹਨੂੰ ਇਸ ਤਰੀਕੇ ਨਾਲ ਇਹ ਕਾਰਵਾਈ ਬਿਲਕੁਲ ਨਹੀਂ ਸੀ ਕਰਨੀ ਚਾਹੀਦੀ। ਇਨਫੈਕਟ ਇਹ ਗੱਲਬਾਤ ਦੇ ਜ਼ਰੀਏ ਇਹ ਮਸਲਾ ਜਿਹੜਾ ਵਾ ਇਹ ਹੱਲ ਹੋਣਾ ਚਾਹੀਦਾ ਸੀ। ਇੱਕ ਹੋਰ ਤੇਜ਼ ਜੀ, ਬਹੁਤ ਬਹੁਤ ਧੰਨਵਾਦ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਕੇ ਫਿਰ ਅਸੀਂ ਛੋਟੀ ਜੀ ਬ੍ਰੇਕ ਲਵਾਂਗੇ। ਹੈਲੋ ਹੈਲੋ ਹਾਂਜੀ ਅਜੇ ਸੰਧੂ ਸਰ, ਸਤਿ ਸ਼੍ਰੀ ਅਕਾਲ। ਮੈਂ ਜੀ ਮਨਦੀਪ ਮਾਨ ਬੋਲਦਾ ਜੀ, ਬੇਕਰਸਫੀਲਡ ਕੈਲੀਫੋਰਨੀਆ ਤੋਂ। ਹਾਂਜੀ ਹਾਂਜੀ। ਅੱਛਾ ਇਹ ਨਾ ਜੀ ਜਿਹੜਾ ਤੁਸੀਂ ਕਿਹਾ ਅੱਤਵਾਦ ਦੇ ਨਾਲ ਨਜਿੱਠਣ ਦੇ ਲਈ ਅੱਤਵਾਦੀ ਦਾ ਭਰਤੀ ਹੋਣ ਲਈ, ਇਹਦੇ ਵਿੱਚ ਇੱਕ ਤੁਸੀਂ ਉਦੋਂ ਮੈਂ ਤੁਸੀਂ ਡੇ ਨਾਈਟ ਦੇ ਵਿੱਚ ਕੰਮ ਕਰਦੇ ਸੀਗੇ ਤੇ ਮੈਂ ਇੱਥੇ ਸੀਗਾ ਜੀ, ਇੱਕ ਟੀਵੀ ਚੈਨਲ ਦਾ ਭੁੱਲ ਗਿਆ ਜੀ, ਪੰਜਾਬ ਸਾਡਾ ਚੈਨਲ ਸੀਗਾ, ਉਦੋਂ ਬਾਅਦ ਕੰਬੀਨੇਸ਼ਨ ਤੁਹਾਡੇ ਨਾਲ ਕੀਤਾ ਸੀਗਾ ਜੀ। ਉਹਦੇ ਵਿੱਚ ਸਟੋਰੀ ਕੀਤੀ ਸੀਗੀ ਮੇਜਰ ਅਵਤਾਰ ਸਿੰਘ ਜੀ, ਉਹਨੂੰ ਉਹਦੇ ਉਹ ਕਿੱਦਾਂ ਉਹਨੇ ਅੱਤਵਾਦ ਦੇ ਖਿਲਾਫ ਇੰਡੀਆ 'ਚ ਫਾਈਟ ਕੀਤੀ, ਉਹਨੇ ਦੱਸਿਆ ਕਿ ਮੈਂ ਬਹੁਤ ਸਾਰੇ ਮਿਲੀਟੈਂਟ ਪਾਕਿਸਤਾਨ ਜੰਮੂ ਐਂਡ ਕਸ਼ਮੀਰ ਦਾ ਕੇਸ ਸੀ। ਹਾਂਜੀ 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 ਜੀ, ਉਹਨੇ ਮਾਰੇ ਕਿੰਨੇ ਮਿਲੀਟੈਂਟ ਸਰਕਾਰ ਨੇ, ਬਾਅਦ ਦੇ ਵਿੱਚ ਉੱਥੇ ਕੋਈ ਮਨੁੱਖੀ ਅਧਿਕਾਰ ਵਾਲਾ ਕੋਈ ਵਕੀਲ ਸੀ, ਉਹਦਾ ਕਤਲ ਹੋ ਗਿਆ। ਉਹਦੇ ਕਤਲ ਦੇ ਵਿੱਚ ਫਿਰ ਮੇਜਰ ਅਵਤਾਰ ਨੂੰ ਜਦੋਂ ਇਹਦਾ ਨਾਂ ਆ ਗਿਆ, ਫਿਰ ਇਹਦੇ ਪਿੱਛੋਂ ਕਹਿੰਦੇ ਮੇਰੇ ਪਿੱਛੇ ਪਏ ਸਰਕਾਰ ਮੈਨੂੰ ਮਾਰਨਾ ਚਾਹੁੰਦੇ ਸੀ, ਭੱਜ ਕੇ ਕੈਨੇਡਾ ਤੋਂ ਇੱਥੇ ਅਮੈਰੀਕਾ ਆ ਗਿਆ। ਇੱਥੇ ਵੀ ਫਿਰ ਇੰਟਰਪੋਲ ਨੇ ਇਹਨੂੰ ਕਿਸੇ ਕੇਸ ਦੇ ਵਿੱਚ ਸੋਰੀ ਫੜਿਆ ਸੀਗਾ ਪੁਲਿਸ ਵਾਲੇ ਨੇ, ਪਰ ਇੰਟਰਪੋਲ ਨੇ ਇਹਨੂੰ ਲੈਣ ਲਈ ਇੱਥੇ ਨਹੀਂ ਆਈ ਸੀਗੀ। ਫਿਰ ਉਹਨੇ ਖੁਦਕਸ਼ੀ ਕਰ ਲਈ ਸੀ ਫਿਰ ਨਹੀਂ ਜੀ, ਪਤਾ ਕੀ ਹੋਇਆ ਬਾਅਦ ਦੇ ਵਿੱਚ, ਕਿਉਂਕਿ ਇਹਦੇ ਤੇ ਮੈਂ ਬਹੁਤ ਵੱਡਾ ਆਰਟੀਕਲ ਲਿਖਿਆ ਸੀਗਾ ਅੰਮ੍ਰਿਤਸਰ ਟਾਈਮ ਨਿਊਜ਼ ਪੇਪਰ ਦੇ ਵਿੱਚ। ਹਾਂਜੀ, ਉਹਨੇ ਉਹਦੇ ਤੇ ਡਿਪਰੈਸ਼ਨ ਹੀ ਇੰਨਾ ਹੋ ਗਿਆ ਸੀਗਾ ਕਿ ਉਹ ਉਹਨੂੰ ਕੁਛ ਨਹੀਂ ਸੋਚ ਰਿਹਾ ਸੀਗਾ। ਉਹਨੇ ਬਾਅਦ ਚਾਰ ਆਪਣੇ ਬੱਚੇ ਮਾਰੇ ਜੀ, ਇੱਕ ਵਾਈਫ ਨੂੰ ਕਿਲ ਕੀਤਾ, ਤਾਂ ਕਿਉਂਕਿ ਮੇਰੇ ਨਾਲ ਉਹਦਾ ਰਾਬਤਾ ਬਹੁਤ ਘੱਟ ਜਾਂਦਾ, ਸਲਮੇ ਵਿੱਚ ਰਹਿੰਦਾ ਸੀਗਾ, ਬਹੁਤ ਘੱਟ ਕਿਤੇ ਬਾਹਰ ਅੰਦਰ ਜਾਂਦਾ ਸੀਗਾ। ਉਹਦੇ ਉਹਨੂੰ ਇਹ ਸੀਗਾ ਕਿ ਮੈਨੂੰ ਕਿਸੇ ਵੀ ਟਾਈਮ ਤੇ ਮੇਰੀ ਜਿਹੜੀ ਏਜੰਸੀਆਂ ਪਿੱਛੇ ਲੱਗੀ ਆ ਜਾਂ ਮਿਲੀਟੈਂਟ ਪਿੱਛੇ ਲੱਗਿਆ ਪਾਕਿਸਤਾਨ ਦੇ, ਇਹ ਕਲਾ ਅੱਤਵਾਦ ਦਾ ਨਜਿੱਠਣ ਦਾ ਨਹੀਂ ਜੀ, ਇਹ ਤਾਂ ਬੜਾ ਵੱਡਾ, ਇਹਦੇ 'ਚ ਤਾਂ ਬੜਾ ਵੱਡਾ ਚੀਜ਼ਾਂ ਦੇਖਣ ਵਾਲੀ ਪਈਆਂ, ਬਹੁਤ ਵੱਡੇ ਲੈਵਲ ਤੇ ਸੋਚਣ ਵਾਲੀ ਗੱਲ ਵੀ, ਕਿੱਦਾਂ ਸਰਕਾਰਾਂ ਬੰਦਿਆਂ ਤੋਂ ਆਪਣੇ ਆਫੀਸਰਾਂ ਦਾ ਕੰਮ ਕਰਾ ਕੇ ਬੰਦਿਆਂ ਨੂੰ ਇਸਤੇਮਾਲ ਕਰਦੀ ਹੈ, ਕਹਿਣ ਦਾ ਮਤਲਬ ਤੁਹਾਡਾ। ਬਿਲਕੁਲ ਇਸਤੇਮਾਲ ਕਰਦੀ ਹੈ, ਔਰ ਕਈ ਵਾਰ ਉਹਨਾਂ ਦਾ ਜਿਹੜਾ ਰਿਜ਼ਲਟ ਆ, ਇਨਫੈਕਟ ਇਨਵੇਰੀਬਲੀ ਇਹ ਰਿਜ਼ਲਟ ਜਿਹੜੇ ਬਹੁਤੇ ਮਾੜੇ, ਹਮੇਸ਼ਾ ਮਾੜੇ ਹੀ ਹੁੰਦੇ ਆ, ਕੋਈ ਬਹੁਤੇ ਚੰਗੇ ਨਹੀਂ ਹੁੰਦੇ। ਔਰ ਮੇਜਰ ਅਵਤਾਰ ਸਿੰਘ ਦਾ ਇੱਕ ਕੇਸ, ਇੱਕ ਟਿਪੀਕਲ ਕੇਸ ਆ, ਉਹਨੂੰ ਇਸਤੇਮਾਲ ਕੀਤਾ ਗਿਆ ਔਰ ਇਹਦੇ ਕਰਕੇ ਔਰ ਇਸਤੇਮਾਲ ਕਰਕੇ ਉਹਨੂੰ ਛੱਡਤਾ ਗਿਆ, ਔਰ ਇਹਦੇ ਕਰਕੇ ਉਹਨੂੰ ਡਿਪਰੈਸ਼ਨ ਹੋ ਗਿਆ, ਔਰ ਜਦੋਂ ਉਹਦੀ ਭਾਲ ਹੋ ਰਹੀ ਸੀਗੀ ਤਾਂ ਉਹਨੇ ਆਪਣੇ ਪਰਿਵਾਰ ਨੂੰ ਮਾਰ ਕੇ ਉਹਨੇ ਖੁਦਕੁਸ਼ੀ ਕਰ ਲਈ। ਇਹ ਬਿਲਕੁਲ ਸਹੀ ਤੁਸੀਂ ਕਿਹਾ ਕਿ ਇਹੋ ਜਿਹੀ ਜਿਹੜੀ ਗੱਲ, ਜਦੋਂ ਵੀ ਕੋਈ ਇਹੋ ਜਿਹੀ ਕਾਰਵਾਈ ਕਰਦਾ ਵਾ ਉਹਨੂੰ ਆਪ ਨੂੰ ਵੀ ਮੇਰੇ ਖਿਆਲ ਕੋਈ ਬਹੁਤੀ ਖੁਸ਼ੀ ਤਾਂ ਨਹੀਂ ਹੁੰਦੀ। ਪਰ ਇਹ ਵੀ ਨਾਲ ਕਿਹਾ ਜਾਂਦਾ ਵਾ, ਮੈਂ ਪਿੱਛੇ ਜੇ ਗੁਰਮੀਤ ਸਿੰਘ ਪਿੰਕੀ ਜਿਹੜੇ ਪਿੱਛੇ ਵਿਵਾਦ ਦੇ ਵਿੱਚ ਰਹੇ ਆ, ਜਿੱਦਣ ਉਹਨਾਂ ਦਾ ਮੈਂ ਇੰਟਰਵਿਊ ਕੀਤਾ ਵਾ, ਤੁਹਾਡੇ 'ਚੋਂ ਕੁਝ ਲੋਕਾਂ ਨੇ ਇੰਟਰਵਿਊ ਸੁਣਿਆ ਹੀ ਹੋਊਗਾ, ਮੇਰੇ ਖਿਆਲ ਉਹ ਗਲੋਬਲ ਪੰਜਾਬ ਟੀਵੀ 'ਤੇ ਵੀ ਇੰਟਰਵਿਊ ਉਹ ਚੱਲਿਆ ਵਾ, ਉਹਨਾਂ ਨੇ ਕਿਹਾ ਵਾ ਕਿ ਬਹੁਤ ਸਾਰੇ ਇਹੋ ਜਿਹੇ ਜਿਹੜੇ ਇੱਥੇ ਕੈਟ ਇਸਤੇਮਾਲ ਕੀਤੇ ਜਾ ਰਹੇ ਸੀਗੇ, ਉਹ ਕੈਟ ਜਿਹੜੇ ਆ ਬਾਅਦ ਦੇ ਵਿੱਚ ਉਹਨਾਂ ਨੂੰ ਰੀਲੋਕੇਟ ਕੀਤਾ ਗਿਆ, ਬਹੁਤ ਸਾਰੇ ਕੈਟ ਇਸ ਵੇਲੇ ਨੌਰਥ ਅਮਰੀਕਾ ਦੇ ਵਿੱਚ ਵੱਖਰੇ ਵੱਖਰੇ ਥਾਵਾਂ 'ਤੇ ਰਹਿ ਰਹੇ, ਮਲਟੀ ਮਿਲੀਨੇਅਰ ਆ, ਉਹਨੇ ਕਿਹਾ ਸੀਗਾ ਉਹਨਾਂ ਨੇ ਇੱਥੇ ਵੀ ਪੈਸਾ ਬਣਾਇਆ ਔਰ ਉਹਨਾਂ ਨੂੰ ਬਾਅਦ 'ਚ ਰੀਲੋਕੇਟ ਕਰਤਾ ਗਿਆ, ਔਰ ਇਸ ਵੇਲੇ ਉੱਥੇ ਬੜੀ ਸੁਖੀ ਜ਼ਿੰਦਗੀ ਜੀ ਰਹੇ ਆ। ਹੁਣ ਇਹ ਵੀ ਪਤਾ ਨਹੀਂ ਉਹਨਾਂ ਨੇ ਕੋਈ ਨਾਂ ਤਾਂ ਨਹੀਂ ਦੱਸੇ, ਪਰ ਇਹ ਵੀ ਉਹਨਾਂ ਨੇ ਖੁਲਾਸਾ ਮੈਨੂੰ ਯਾਦ ਆ ਕੀਤਾ ਸੀਗਾ। ਸੋ ਕਈ ਲੋਕ ਜਿਹੜੇ ਆ ਸ਼ਾਇਦ ਉਸ ਕੰਮ ਦੇ ਵਿੱਚੋਂ ਸਰਵਾਈਵ ਵੀ ਕਰ ਗਏ ਔਰ ਆਪਣਾ ਉਹਨਾਂ ਨੂੰ ਫਾਇਦਾ ਵੀ ਹੋਇਆ। ਖੈਰ ਇਹ ਮਸਲਾ ਆਪਾਂ ਇਸੇ ਤਰ੍ਹਾਂ ਵਿਚਾਰਦੇ ਰਹਾਂਗੇ, ਪਰ ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਪਾਂ ਇਹ ਗੱਲਬਾਤ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ। ਬ੍ਰੇਕ ਤੋਂ ਬਾਅਦ ਤੁਹਾਡਾ ਹੈਲੋ ਗਲੋਬਲ ਪੰਜਾਬ ਸ਼ੋਅ ਦੇ ਵਿੱਚ ਸਵਾਗਤ ਹੈ। ਅਸੀਂ ਅੱਜ ਗੱਲ ਕਰ ਰਹੇ ਹਾਂ ਸਾਡੇ ਰੱਖਿਆ ਮੰਤਰੀ ਮਨੋਹਰ ਪਾਰੀਕਰ ਦਾ ਉਹ ਬਿਆਨ ਕਿ ਮਿਲੀਟੈਂਸੀ ਨੂੰ ਖਤਮ ਕਰਨ ਵਾਸਤੇ ਮਿਲੀਟੈਂਟਸ ਦੀ ਮਦਦ ਲਈ ਜਾ ਸਕਦੀ ਹੈ। ਇਹ ਬੜਾ ਵਿਵਾਦਿਕ ਬਿਆਨ ਆ, ਇਹਦੇ 'ਤੇ ਵੱਖਰੇ ਵੱਖਰੇ ਖਿਆਲ ਆ ਰਹੇ ਆ। ਬਹੁਤੇ ਲੋਕ ਵੈਸੇ ਇਹੋ ਹੀ ਫੀਲ ਕਰਦੇ ਆ ਕਿ ਇਹੋ ਜਿਹੀ ਪੋਲਿਸੀ ਸਹੀ ਨਹੀਂ ਹੁੰਦੀ, ਇਹਦਾ ਨੁਕਸਾਨ ਜ਼ਿਆਦਾ ਹੁੰਦਾ। ਸਾਡੇ ਨਾਲ ਕੁਝ ਹੋਰ ਵੀ ਸੱਜਣ ਜੁੜੇ ਆ, ਦੇਖਦੇ ਹਾਂ ਉਹਨਾਂ ਦਾ ਕੀ ਨਜ਼ਰੀਆ ਵਾ। ਹੈਲੋ, ਹਾਂਜੀ ਸੰਧੂ ਸਾਹਿਬ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਮੈਂ ਰਵਿੰਦਰ ਬੋਲ ਰਿਹਾ ਜੀ, ਬ੍ਰੈਂਪਟਨ ਕੈਨੇਡਾ ਤੋਂ। ਹਾਂਜੀ ਹਾਂਜੀ ਰਵਿੰਦਰ ਜੀ, ਦੱਸੋ ਕੀ ਕਹਿਣਾ ਚਾਹੁੰਦੇ ਜੀ? ਹਾਂਜੀ, ਹੁਣ ਇੱਕ ਬੱਚੀ ਦੀ ਗੱਲ, ਉਹਦਾ ਬਹੁਤ ਸੋਹਣਾ ਸੀਗਾ ਉਹਦੇ ਪਰ, ਮੈਨੂੰ ਫਿਰ ਆਪਣੀ ਗੱਲ ਮੇਰੇ ਮਨ 'ਚ ਵਿਚਾਰ ਪੈਦਾ ਹੋ ਗਏ ਜੀ। ਉਹ ਕਹਿ ਰਹੀ ਸੀ ਵੀ ਉਹ ਮਿਲੀਟੈਂਟ ਉਹਨਾਂ 'ਚੋਂ ਕੌਣ ਸੀਗਾ ਜੀ, ਜਦੋਂ ਅਟੈਕ ਹੋਇਆ ਕੌਣ ਮਿਲੀਟੈਂਟ ਸੀ? ਇਹ ਤਾਂ ਜੀ ਜਿਹੜੀ ਗੌਰਮੈਂਟ, ਜਿਹੜਾ ਬੰਦਾ ਹਕੂਮਤ ਕਰ ਰਿਹਾ ਜੀ, ਉਹ ਕਹਿ ਰਿਹਾ ਵੀ ਹੁਣ ਸਿਰਫ ਮੇਰੀ ਸੁਣੀ ਜਾਵੇ, ਸੁਣਾਈ ਨਾ ਜਾਵੇ ਜੀ, ਵੀ ਜਿਹੜਾ ਸੁਣਾ ਉਹ ਮਿਲੀਟੈਂਟ ਹੈ ਜੀ ਜੀ। ਜਿਹੜਾ ਹੁਣ ਉਹ ਵਿਆਖਿਆ ਸੀ ਵੀ ਮਿਲੀਟੈਂਟ ਕੌਣ ਹੈ, ਜਿਹੜਾ ਭਗਤ ਸਿੰਘ ਹੈ ਜੀ, ਉਹ ਗੌਰਮੈਂਟ, ਅੰਗਰੇਜ਼ ਗੌਰਮੈਂਟ ਲਈ ਮਿਲੀਟੈਂਟ ਸੀ, ਸਾਡੇ ਲਈ ਉਹ
ਦੇਸ਼ ਭਗਤ ਹੈ ਜੀ, ਏਦਾਂ ਹੀ ਗੁਰੂ ਗੋਬਿੰਦ ਸਿੰਘ ਆ ਉਹਨਾਂ ਦੇ ਸਾਹਿਬਜ਼ਾਦੇ ਸਾਡੇ ਲਈ ਕੀ ਆ ਤੇ ਔਰੰਗਜ਼ੇਬ ਲਈ ਕੀ ਸੀਗੇ ਜੀ, ਤੇ ਬਾਦਲ ਸਾਹਿਬ ਹੈ ਜੀ ਅੱਜ ਰੂਲਿੰਗ ਵਿੱਚ, ਅੱਜ ਉਹਨਾਂ ਨੂੰ ਉਹੀ ਮਿਲੀਟੈਂਟ ਦੱਸਦੇ ਜਦੋਂ ਉਦੋਂ ਸਰਕਾਰ ਤੋਂ ਉਤਰ ਗਏ ਉਹਨਾਂ ਨੇ ਇਹਨਾਂ ਦੀਆਂ ਗੱਲਾਂ ਇਹਨਾਂ ਨੂੰ ਦੇਸ਼ ਭਗਤ ਕਹਿਣ ਲੱਗ ਜਾਣਾ ਜੀ। ਬਿਲਕੁਲ ਜੀ ਰਵਿੰਦਰ ਜੀ, ਜਿਹੜਾ ਵੀ ਆਦਮੀ ਸੱਤਾ ਦੇ ਖਿਲਾਫ਼ ਆਵਾਜ਼ ਉਠਾਉਂਦਾ ਵਾ, ਜਿਹੜੇ ਲੋਕ ਸੱਤਾ ਦੇ ਵਿੱਚ ਹੁੰਦੇ ਆ ਉਹਨਾਂ ਨੂੰ ਉਹ ਚੰਗੀ ਨਹੀਂ ਲੱਗਦੀ, ਉਹਨਾਂ ਨੂੰ ਉਹ ਖਤਮ ਕਰਨ ਦੀ ਕੋਸ਼ਿਸ਼ ਕਰਦੇ ਆ। ਚਾਹੀਦਾ ਇਹ ਆ ਕਿ ਜਿਹੜਾ ਬੰਦਾ ਵੀ ਆਵਾਜ਼ ਉਠਾਉਂਦਾ ਵਾ ਉਹਦੀ ਗੱਲ ਸੁਣੀ ਜਾਵੇ, ਉਹਦੀ ਗੱਲ ਸੁਣ ਕੇ ਕੋਈ ਨਾ ਕੋਈ ਹੱਲ ਲੱਭਿਆ ਜਾਣਾ ਚਾਹੀਦਾ। ਆਫਟਰਆਲ ਕੋਈ ਵੀ ਬੰਦਾ ਜਿਹੜਾ ਵਾ ਉਹ ਜਦੋਂ ਮੁਜ਼ਾਰਾ ਕਰਦਾ ਵਾ, ਆਫਟਰਆਲ ਕੋਈ ਕਾਰਨ ਨਹੀਂ ਹੁੰਦਾ ਨਾ ਮੁਜ਼ਾਰਾ ਕਰਦਾ ਵਾ, ਕਈ ਵਾਰ ਫਿਰ ਮੁਜ਼ਾਰੇ ਦੀ ਉਹਦੀ ਗੱਲ ਨਾ ਸੁਣੀ ਜਾਵੇ, ਮੁਜ਼ਾਰਾ ਕਰਨ ਵਾਲਿਆਂ ਦੀ ਗੱਲ ਨਾ ਸੁਣੀ ਜਾਵੇ, ਅਤੇ ਉਹ ਫਿਰ ਜਿਹੜੀ ਉਹਨਾਂ ਦੀ ਮੁਹਿੰਮ ਆ ਉਹ ਹੋਰ ਰੂਪ ਵੀ ਲੈ ਲੈਂਦੀ ਆ, ਇੱਕ ਹੋਰ ਰਸਤਾ ਵੀ ਲੈ ਲੈਂਦੀ ਆ, ਕਈ ਵਾਰ ਉਹ ਫਿਰ ਹਿੰਸਕ ਕਾਰਵਾਈਆਂ ਦੇ ਵਿੱਚ ਵੀ ਪੈ ਜਾਂਦੇ ਆ। ਮੇਰੇ ਖਿਆਲ ਉਦੋਂ ਵੀ ਲਗਾਤਾਰ ਸਰਕਾਰ ਨੂੰ ਰਾਬਤਾ ਉਹਨਾਂ ਨਾਲ ਬਣਾ ਕੇ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਆ, ਕਿਉਂਕਿ ਗੱਲ ਵੱਧਦੀ ਵੱਧਦੀ ਫਿਰ ਬਹੁਤ ਜ਼ਿਆਦਾ ਵੱਧ ਜਾਂਦੀ ਆ, ਔਰ ਇਹੋ ਹੀ ਹੁੰਦਾ ਰਿਹਾ ਵਾ। ਮੈਂ ਤਾਂ ਆਪ ਫੀਲ ਕਰਦਾ ਵਾਂ ਕਿ ਮਿਲੀਟੈਂਟਸ ਦੇ ਨਾਲ ਹਮੇਸ਼ਾ ਹੀ, ਕਿਉਂਕਿ ਉਹਨਾਂ ਦੀ ਇੱਕ ਆਈਡੀਓਲੋਜੀ, ਇੱਕ ਵਿਚਾਰਧਾਰਾ ਪ੍ਰਤੀ ਉਹ ਆਪਣੀ ਇੱਕ ਸੰਘਰਸ਼ ਦੇ ਵਿੱਚ ਪਏ ਹੁੰਦੇ ਆ, ਉਹਨਾਂ ਨਾਲ ਗੱਲਬਾਤ ਹਮੇਸ਼ਾ ਹੀ ਜ਼ਰੂਰੀ ਆ, ਉਹਨਾਂ ਨਾਲ ਗੱਲਬਾਤ ਕੀਤੀ ਜਾਏ। ਹਾਂ ਠੀਕ ਆ, ਸਰਕਾਰਾਂ ਦੀ ਜ਼ਿੰਮੇਵਾਰੀ ਵੀ ਆ ਵੀ ਹਿੰਸਕ ਕਾਰਵਾਈਆਂ ਉਹਨਾਂ ਨੇ ਜ਼ਰੂਰ ਰੋਕਣੀਆਂ ਹੁੰਦੀਆਂ ਵਾ। ਸੋ ਇਸ ਕਰਕੇ ਜਿਹੜਾ ਉਹਨਾਂ ਨੇ ਸਵਾਲ ਕੀਤਾ ਸੀਗਾ ਕਿ 1984 ਦੇ ਵਿੱਚ ਕੌਣ ਸਹੀ ਅਤੇ ਕੌਣ ਗਲਤ ਸੀਗਾ, ਮੇਰੇ ਖਿਆਲ ਇਹੋ ਜਿਹੀ ਕੰਮ ਦੇ ਵਿੱਚ ਸਾਰੇ ਪੱਖ ਜਿਹੜੇ ਆ ਉਹਨਾਂ ਦੇ ਵਿੱਚ ਕੋਈ ਨਾ ਕੋਈ ਗਲਤੀ ਜ਼ਰੂਰ ਹੁੰਦੀ ਆ, ਪਰ ਜਦੋਂ ਤੁਸੀਂ ਇੱਕ ਆਪਣੇ ਆਪ ਨੂੰ ਸਹੀ ਸਾਬਤ ਕਰਨ ਵਾਸਤੇ ਜੋ ਕਾਰਵਾਈ ਕਰਦੇ ਜੇ ਉਹਦੇ ਵਿੱਚ ਨੁਕਸਾਨ ਬਹੁਤ ਹੋ ਜਾਂਦਾ, ਔਰ ਤਾਂ ਆਪਾਂ ਨੂੰ ਪਤਾ ਹੀ ਆ ਵੀ ਉਦੋਂ ਕੀ ਨੁਕਸਾਨ ਹੋਇਆ ਸੀ। ਜਦੋਂ ਸੰਤ ਜਰਨੈਲ ਸਿੰਘ ਇਸ ਵੇਲੇ ਜਦੋਂ ਦਰਬਾਰ ਸਾਹਿਬ ਦੇ ਵਿੱਚ ਸੀ, ਜਦੋਂ ਅੰਦਰ ਹਥਿਆਰਬੰਦ ਲੋਕ ਸੀਗੇ, ਉਦੋਂ ਸਰਕਾਰ ਨੂੰ ਚਾਹੀਦਾ ਸੀਗਾ ਵੀ ਉਹਨਾਂ ਦੀ ਗੱਲ ਸੁਣੇ ਵੀ ਇਹਦੇ ਲੋਕ ਹਥਿਆਰਬੰਦ ਕਿਉਂ ਹੋਏ ਆ। ਆਫਟਰਆਲ ਕਿਸੇ ਨੂੰ ਸ਼ੌਕ ਤਾਂ ਹੁੰਦਾ ਨਹੀਂ ਗਾ ਵੀ ਉਹ ਹਥਿਆਰ ਲੈ ਕੇ ਅਤੇ ਉਹ ਆਪਣੀ ਜ਼ਿੰਦਗੀ ਜਿਹੜੀ ਆ ਉਹ ਇਸ ਤਰ੍ਹਾਂ ਬਸਰ ਕਰੇ। ਸੋ ਇਸ ਕਰਕੇ ਗੱਲ ਜ਼ਰੂਰੀ ਆ ਸੁਣਨੀ, ਔਰ ਜੇ ਗੱਲ ਨਹੀਂ ਸੁਣੀ ਜਾਊਗੀ ਤਾਂ ਉਹਦਾ ਨੁਕਸਾਨ ਜ਼ਰੂਰੀ ਹੁੰਦਾ ਵਾ। ਮੇਰਾ ਖਿਆਲ ਹੈ ਇਹ ਜਿਹੜੀ ਗੱਲ ਹੈ ਇਹਦੇ 'ਤੇ ਕਿਸੇ ਦਿਨ ਦੁਬਾਰਾ ਇੱਕ ਡਿਟੇਲ ਦੇ ਵਿੱਚ ਆਪਾਂ ਜ਼ਰੂਰ ਗੱਲ ਕਰਾਂਗੇ। ਮਸਲਾ ਬਹੁਤ ਬਹੁਤ ਵਿਚਾਰਧਾਰਾ ਵਾਲਾ ਮਸਲਾ ਵਾ, ਇਹਦੇ 'ਤੇ ਇੱਕ ਲੰਬੀ ਬਹਿਸ ਕਰਨੀ ਚਾਹੀਦੀ ਹੈ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਔਰ ਦੇਖਦੇ ਹਾਂ ਉਹਨਾਂ ਦਾ ਕੀ ਨਜ਼ਰੀਆ ਵਾ। ਸਮਾਂ ਬਹੁਤ ਹੁਣ ਥੋੜ੍ਹਾ ਜਿਹਾ ਰਹਿ ਗਿਆ, ਵੈਸੇ 1-2 ਮਿੰਟ ਰਹਿ ਗਏ। ਹੈਲੋ, ਹਾਂਜੀ ਸੰਧੂ ਸਾਹਿਬ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਜੀ, ਗੁਰਫਤਿਹ ਜੀ। ਗੁਰਚਰਨ ਬੈਂਸ ਸਰਚ ਕਰ ਰਹੇ ਹਾਂ ਜੀ ਲਾਸ ਏਂਜਲਸ ਤੋਂ। ਹਾਂਜੀ ਹਾਂਜੀ ਬੈਂਸ ਸਾਹਿਬ। ਹਾਂਜੀ, ਸਮਾਂ ਤੇ ਬਹੁਤ ਘੱਟ ਹੈ, ਮੈਂ ਉਸਨੂੰ ਸਮਝਦੇ ਹੋਏ ਹਾਂਜੀ ਮੈਂ ਆਪ ਜੀ ਦੇ ਸ਼ੇਅਰ ਕਰਨਾ ਚਾਹਾਂਗਾ ਕਿ ਬਾਦਲ ਸਾਹਿਬ ਦਾ ਇਹੋ 1970-71 ਦੇ ਵਿੱਚ ਜੀ ਰੋਪੜ ਦੇ ਵਿੱਚ ਅਸੀਂ ਇੱਕ ਮੁਜ਼ਾਹਰਾ ਕਰਿਆ ਸੀਗਾ ਜੀ, ਅਵਤਾਰ ਸਿੰਘ ਮਲਹੋਤਰਾ CPI ਦੇ ਹੁੰਦੇ ਸੀਗੇ ਸੈਕਟਰ ਜੀ। ਇਹ ਜ਼ੁਲਮ ਹੋਇਆ ਸੀਗਾ ਆਪਣੇ, ਜਿਵੇਂ ਆਪ ਜੀ ਜਾਣਦੇ ਹੋ ਚਮਕੌਰ ਸਾਹਿਬ 4 ਬੱਚੇ ਮਾਰ ਦਿੱਤੇ ਸੀਗੇ ਪੁਲਿਸ ਨੇ। ਓਕੇ, ਉਹਨਾਂ ਦੇ ਮਾਰਨ ਦੇ ਉਹਨਾਂ ਦੇ ਹੱਕ ਦੇ ਵਿੱਚ ਉੱਥੇ ਮੁਜ਼ਾਹਰਾ ਕਰਿਆ ਸੀਗਾ ਦਿੱਲੀ ਆਪਣੇ ਰੋਪੜ ਦੇ ਵਿੱਚ ਜੀ। ਸਾਰੇ ਰੋਪੜ ਦੇ ਵਿੱਚ ਸ਼ਹਿਰ ਦੇ ਵਿੱਚ ਜੋ ਸਾਡਾ ਜਲੂਸ ਜਾ ਰਿਹਾ ਸੀ ਸੈਕਟਰੀ ਮਲਹੋਤਰਾ ਵਿਜੇ ਕੁਮਾਰ ਆਪਣਾ ਮਲਹੋਤਰਾ ਸਾਹਿਬ ਸਾਡੇ ਨਾਲ ਸੀਗੇ ਜੀ। ਇਹਨਾਂ ਦੇ ਪਿੱਛੇ 150 ਪੁਲਿਸ ਵਾਲੇ ਆਪਣੀ ਡਾਂਗਾਂ ਦੇ ਨਾਲ ਇਹੋ ਨਾਰੇ ਲਾ ਰਹੇ ਸੀ, ਨੈਕਸਲਾਈਟ ਮੁਰਦਾਬਾਦ, ਚੀਨੀ ਏਜੰਟ ਮੁਰਦਾਬਾਦ, ਐਂਡ ਦਿਸ ਵਾਜ ਐਗਜੈਕਟਲੀ ਐਡੀ ਬਾਰਬਰਿਜ਼ਮ ਇਹ ਹੋ ਰਹੀ ਸੀਗੀ ਬਾਦਲ ਸਾਹਿਬ ਦੇ ਟਾਈਮ ਚ। ਔਰ ਜਦੋਂ ਵਾਪਸ ਉੱਥੋਂ ਮੁੜ ਕੇ ਅਸੀਂ ਸਿਨਮੇ ਤੋਂ ਵਾਪਸ ਆਏ ਜੀ ਮਿਊਨਿਸਪੈਲਿਟੀ ਦੇ ਕੋਲ, ਮਲਹੋਤਰਾ ਸਾਹਿਬ ਦੇ ਖੜ ਕੇ ਢੋਲ ਦੇ ਉੱਤੇ ਉਹਨਾਂ ਨੂੰ ਕਿਹਾ, ਕਹਿੰਦਾ ਮੈਂ ਦੇਖ ਰਿਹਾ ਇਹ ਚਿਟਕਾਈ ਪੁਲਿਸ ਵਾਲੇ ਦੇ, ਜੇ ਇਹਨਾਂ ਦੇ ਵਿੱਚ ਜ਼ਰੂਰਤ ਹੈ ਸਾਡੇ ਨਾਲ ਟਾਕਰਾ ਕਰਨ, ਇਹ ਕਿਉਂਕਿ ਦੇ ਆਰ ਵੈਰੀ ਦੇ ਡਿਸਪਰਸ ਵੈਰੀ ਕੁਆਇਟਲੀ, ਬਟ ਆਫਟਰ ਦੈਟ ਜਦੋਂ ਜਲੂਸ ਅੱਗੇ ਚੱਲਿਆ ਅਵਲ ਇਹਨਾਂ ਦੇ ਪਿੱਛੋਂ ਅਟੈਕ ਕਰਕੇ ਆਈ ਡੋਂਟ ਨੋ ਕਿੰਨੇ ਕੁ ਲੋਕ ਮਾਰੇ ਸੀਗੇ, ਔਰ ਸਤਪਾਲ ਡਾਂਗ ਆਪਣੇ ਅੰਮ੍ਰਿਤਸਰ ਤੋਂ ਉਹ ਵੀ ਆਏ ਸੀਗੇ, ਪਰ ਕੁਛ ਨਹੀਂ ਹੋਇਆ। ਬਿਲਕੁਲ ਬੈਂਸ ਸਾਹਿਬ, ਬਹੁਤ ਬਹੁਤ ਧੰਨਵਾਦ ਤੁਸੀਂ ਹਾਂ ਜਾਣਕਾਰੀ ਸਾਡੇ ਨਾਲ ਸ਼ੇਅਰ ਕੀਤੀ। ਤੁਹਾਡੀ ਕੀ ਉਮਰ ਹੈ ਇਸ ਵੇਲੇ ਬੈਂਸ ਸਾਹਿਬ? 75 ਸਾਲ ਜੀ। ਹਾਂ, ਕਿਉਂਕਿ ਬੜੀ ਪੁਰਾਣੀ ਗੱਲ ਹੈ, ਮੈਂ 1970 ਦੇ ਵਿੱਚ ਹਾਲੀ ਉਸ ਵੇਲੇ ਮੈਂ ਹਾਲੀ ਸਕੂਲ ਪਾਸ ਆਊਟ ਕਰ ਰਿਹਾ ਸੀ, ਸੋ ਬੜੀ ਪੁਰਾਣੀ ਗੱਲ ਆ। ਵਾਕਈ ਇਹ ਇਸ ਮਸਲੇ ਬਾਰੇ ਬਹੁਤੇ ਲੋਕਾਂ ਨੂੰ ਪਤਾ ਵੀ ਨਹੀਂ, ਕਿਉਂਕਿ ਪਹਿਲੀ ਵਾਰੀ ਸ਼ਾਇਦ 70-71 ਦੇ ਵਿੱਚ ਬਾਦਲ ਸਾਹਿਬ ਜਿਹੜੇ ਆ ਉਹ ਮੁੱਖ ਮੰਤਰੀ ਬਣੇ ਸਨ, ਉਦੋਂ ਦੀ ਗੱਲ ਆ। ਔਰ ਮੇਰੇ ਖਿਆਲ ਉਦੋਂ ਨੈਕਸਟ ਲਾਈਟ ਮੂਵਮੈਂਟ ਜਿਹੜੀ ਆ ਉਦੋਂ ਨਵੀਂ ਨਵੀਂ ਸ਼ੁਰੂ ਹੋਈ ਸੀਗੀ। ਇਨਫੈਕਟ ਉਦੋਂ ਨੈਕਸਟ ਲਾਈਟ ਮੂਵਮੈਂਟ ਦੇ
कारण का पता करना चाहिए सी भी ये लोग आफ्टर ऑल क्यों रोस मुजाहरे कर रहे हैं ना कि उन्होंने इस तरीके कुचल की कोशिश करनी चाहिए सी। बैन साहब बहुत बहुत धन्यवाद, तुसी एक बहुत इतिहासिक वाक्या नू साडे सामने दोबारा उजागर किया। मैं गल कर रहा सी मिलीटेंसी वर्सिज मिलीटेंसी, इस पॉलिसी का खतरा यह भी है कि कंट्रोल जिहड़ा वा वो सरकारी सिक्योरिटी फोर्सिज के बजाय गैर कानूनी ढंग नाल हथियार नाल लैस पुराने जिहड़े अपने आप नूं अतवादी कहिंदे आ उन्हां दे कोल चला जांदा है। डिफेंस मिनिस्टर की स्टेटमेंट का एक होर भी खतरा है कि इस नाल फौज भी प्रभावित हो सकती है, जो पुलिस कर दे रही है वो आर्मी भी करन लग सकती है, क्योंकि ये स्टेटमेंट जिहड़ी आ ये साडे रक्षा मंत्री कोलों आई है। हुण समा खत्म हो गया, सो अज इन्ना ही, कल फिर मिलांगे। नमस्कार, सत श्री अकाल, खुदा हाफिज़।